ਮੀਆਂ ਸਾਹਿਬ ਇਹਨਾਂ ਦੀ ਮੁਹੱਬਤ, ਇਹਨਾਂ ਦਾ ਇਖਲਾਸ ਸਾਡੇ ਨਾਲ ਵੀ, ਬਲਕਿ ਸਾਰੇ ਦੋਸਤਾਂ ਦੇ ਨਾਲ ਵੀ ਬਹੁਤ ਜ਼ਿਆਦਾ ਪਿਆਰ ਮੁਹੱਬਤ ਕਰਨ ਵਾਲੇ ਮੁਖਲਸ ਨੇ ਤੁਹਾਡੇ ਪੋਤਰੇ ਨੇ। ਹਾਂਜੀ, ਅੱਲਾਹ ਇਹਨਾਂ ਦੀ ਜ਼ਿੰਦਗੀ 'ਚ ਬਰਕਤ ਦੇ, ਇਹ ਤਰਬੀਅਤ ਦੇ ਅਸਰਾਤ ਹੁੰਦੇ ਨੇ, ਤੇ ਰਿਜ਼ਕ ਦੇ ਅਸਰਾਤ ਨੇ। ਅੱਜ ਅਸੀਂ ਤੁਹਾਡੇ ਕੋਲੋਂ ਸੰਨ 47 ਦੇ ਹਵਾਲੇ ਦੇ ਨਾਲ ਕੁਛ ਗੱਲਾਂ, ਕੁਛ ਮੁਹੱਬਤ ਦੀਆਂ, ਕੁਛ ਦੁੱਖ ਦੀਆਂ, ਜਿਹੜੀਆਂ ਉੱਥੇ ਹੋ ਗਈਆਂ ਉਹ ਯਾਦਾਂ ਜਿਹੜੀਆਂ ਨੇ ਉਹ ਤੁਹਾਡੇ ਨਾਲ ਸ਼ੇਅਰ ਕਰਨੀਆਂ ਨੇ, ਇੰਡੀਆ ਦੀਆਂ। ਅਤੇ ਉਹਦੇ ਵਿੱਚ ਜਿਸ ਤਰ੍ਹਾਂ ਤੁਸੀਂ ਉੱਥੇ ਵਕਤ ਗੁਜ਼ਾਰਿਆ, ਕਿਸ ਤਰ੍ਹਾਂ ਦਾ ਮਾਹੌਲ ਸੀ, ਕਿਸ ਤਰ੍ਹਾਂ ਦੇ ਬੇਲੀ ਸਨ, ਕਿਸ ਤਰ੍ਹਾਂ ਦੇ ਸੱਜਣ ਸਨ, ਕਿਸ ਤਰ੍ਹਾਂ ਦੇ ਤਲੁਕਾਤ ਸਨ, ਅਤੇ ਕਿਸ ਤਰ੍ਹਾਂ ਦੀ ਰਹਿਤ ਬਹਿਸ ਸੀ, ਇਹ ਸਾਰੀਆਂ ਗੱਲਾਂ ਅੱਜ ਜਿਹੜੀਆਂ ਨੇ ਤੁਹਾਡੇ ਨਾਲ ਕਰਨੀਆਂ। ਆਪਣੇ ਸਫ਼ਰ ਨੂੰ ਆਗਾਜ਼ ਕੀਤਾ ਅਤੇ ਕਿਹੜੀਆਂ ਕਿਹੜੀਆਂ ਮੁਸੀਬਤਾਂ ਝੱਲੀਆਂ, ਅਤੇ ਇੱਧਰ ਆ ਕੇ ਕਿੰਨਾ ਅਰਸਾ ਤੁਸੀਂ ਪਰੇਸ਼ਾਨੀਆਂ ਦੇ ਵਿੱਚ ਅਤੇ ਤਕਲੀਫਾਂ 'ਚ ਗੁਜ਼ਾਰ ਕੇ ਅਤੇ ਫਿਰ ਸਟੈਬਲ। ਅਤੇ ਸਭ ਤੋਂ ਪਹਿਲੇ ਆਪਣਾ ਨਾਮ ਦੱਸਿਆ ਜੇ, ਤੁਹਾਡਾ ਨਾਮ ਕੀ ਜੇ? ਹਾਂਜੀ, ਸਰਦਾਰ ਮੁਹੰਮਦ। ਹਾਂਜੀ, ਸਰਦਾਰ ਮੁਹੰਮਦ ਸਾਹਿਬ, ਜਿਸ ਵਕਤ ਪਾਕਿਸਤਾਨ ਹਿੰਦੁਸਤਾਨ ਬਣਿਆ ਉਸ ਵਕਤ ਤੁਹਾਡੀ ਕਿੰਨੀ ਉਮਰ ਸੀ? ਉਸ ਵਕਤ ਮੇਰੀ ਉਮਰ, ਮੈਂ ਬਹੁਤ ਤਗੜਾ ਸੀ, ਪੜ੍ਹਦਾ ਵੀ ਤੀਸਰੀ ਚੌਥੀ ਕਲਾਸ ਦੇ ਵਿੱਚ। ਅੱਛਾ, 10 ਸਾਲ ਦਾ ਬੱਚਾ ਉਹਨੂੰ ਦਾਖਲ ਕਰਦੇ ਹਨ। ਅੱਛਾ, ਮੇਰੀ ਜਿਹੜੀ ਕਲਾਸ ਸੀ ਅੱਗੇ ਉਮਰ ਦਾ ਤੁਸੀਂ ਹਿਸਾਬ ਨਾਲ 14-15 ਸਾਲ ਉਮਰ ਹੈ ਸੀ। ਤੁਹਾਡੇ ਵਾਲਦ ਸਾਹਿਬ ਦਾ ਨਾਮ? ਚਿਰਾਗਦੀਨ। ਚਿਰਾਗਦੀਨ। ਅਤੇ ਤੁਹਾਡੇ ਦਾਦਾ ਜੀ ਦਾ ਨਾਮ? ਦਾਦਾ ਜੀ ਦਾ ਨਾਮ ਢੂੰਡਾ ਸੀ। ਢੂੰਡਾ। ਤੁਹਾਡੇ ਕਿੰਨੇ ਭਾਈ ਸਨ? ਤੁਹਾਡੇ ਤੋਂ ਵੱਡੇ ਕਿੰਨੇ ਸਨ ਅਤੇ ਛੋਟੇ ਕਿੰਨੇ ਸਨ ਜਿਹੜੇ ਇੰਡੀਆ 'ਚ ਪੈਦਾ ਹੋਏ? ਮੇਰੇ ਤੋਂ ਇੱਕ ਵੱਡਾ ਸੀ, ਇੱਕ ਛੋਟਾ ਸੀ। ਵੱਡੇ ਦਾ ਨਾਮ ਕੀ ਸੀ ਜੀ? ਅਸਮੇਲ। ਮੁਹੰਮਦ ਇਸਮੇਲ। ਤੁਹਾਡੇ ਤੋਂ ਛੋਟੇ ਦਾ ਨਾਮ? ਮੁਖਤਾਰ ਅਹਿਮਦ। ਮੁਖਤਾਰ ਅਹਿਮਦ। ਹਮਸ਼ੀਰਾ ਵੀ ਸਨ ਕੋਈ? ਹਮਸ਼ੀਰਾ ਤੇ ਮੇਰੀ 6-7 ਸਨ। ਅੱਛਾ, ਇੰਡੀਆ 'ਚ ਹੀ ਪੈਦਾ ਹੋਈਆਂ ਸਨ? ਇੰਡੀਆ 'ਚ ਸਨ। ਅੱਛਾ, ਸਹੀ। ਤੁਹਾਡੇ ਤੋਂ ਵੱਡੀਆਂ ਸਨ? ਮੇਰੇ ਤਾਂ ਸਾਰੀਆਂ ਹਮਸ਼ੀਰਾ ਵੱਡੀਆਂ ਸਨ। ਅੱਛਾ, ਉਹਨਾਂ ਦੀ ਸ਼ਾਦੀ ਫਿਰ ਉੱਥੇ ਇੰਡੀਆ 'ਚ ਹੋ ਗਈ ਹੋਣੀ? ਸ਼ਾਦੀ ਉੱਥੇ ਹੋ ਗਈ ਸੀ, ਤਿੰਨਾਂ ਦੀ ਉੱਥੇ ਸ਼ਾਦੀ ਹੋਈ ਸੀ। ਪਰ ਕਿਉਂਦੀ? ਕਿਹੜੇ ਕਿਹੜੇ ਪਿੰਡਾਂ 'ਚ ਕੋਈ ਸ਼ਾਦੀ ਹੋਈ ਸੀ ਹਮਸ਼ੀਰਾ? ਸ਼ਾਦੀ ਚੈਨਪੁਰ ਹੋਈ ਸੀ, ਦੋ ਪਿੰਡਾਂ ਦੀ। ਅੱਛਾ, ਦੋ ਹਮਸ਼ੀਰਾ, ਚੈਨਪੁਰ ਇੱਕ ਪਿੰਡ ਸੀ, ਪਰ ਬਲੱਗਣ ਪਿੰਡ ਲਾਗੇ ਹੋਰ ਸੀ, ਅਤੇ ਥਾਣਾ ਸੀ ਲੱਗਦਾ ਲੁੱਪ ਹੋ ਗਈ ਉਹਨਾਂ ਦਾ। ਤੁਹਾਡਾ ਪਿੰਡ ਕਿਹੜਾ ਸਾ ਜੇ? ਪਿੰਡ ਸਾਡਾ ਸੀ ਕੋਲੀ ਗਾਲੀਆਂ ਦੀ। ਅਤੇ ਇਹਦੀ ਤਹਿਸੀਲ? ਇਹਦੀ ਤਹਿਸੀਲ ਹੈਗੀ ਸੀ ਨਾਲਾ। ਤਹਿਸੀਲ ਹੈ ਨਾਲਾ, ਜ਼ਿਲ੍ਹਾ ਅੰਮ੍ਰਿਤਸਰ। ਜ਼ਿਲ੍ਹਾ ਅੰਮ੍ਰਿਤਸਰ। ਇਹਦੇ ਨਾਲ ਕਿਹੜੇ ਕਿਹੜੇ ਪਿੰਡ ਸਾ ਜੇ? ਸਾਡੇ ਪਿੰਡ ਦੇ ਨਾਲ? ਹਾਂਜੀ, ਸਾਡੇ ਪਿੰਡ ਦੇ ਦੱਖਣ ਦੀ ਬਾਈ ਦੇ ਜ਼ਰੂਰੀ ਪਾਸੇ ਗਰਾਲਾ ਸੀ। ਗਰਾਲਾ। ਹਾਂਜੀ, ਗਰਾਲੇ ਸਾਡਾ ਸਕੂਲ ਸੀ, ਉੱਥੇ ਹੀ ਪੜ੍ਹ ਜਾਂਦੇ ਸਨ। ਅੱਛਾ, ਉਹ ਬਹੁਤ ਦੂਰ ਸੀ, ਤਕਰੀਬਨ 2.5-3 ਮੀਲ ਸੀ। ਅੱਛਾ, ਉੱਥੇ ਇੰਡੀਆ 'ਚ ਪੜ੍ਹ ਜਾਂਦੇ ਨੇ ਪੈਦਲ ਹੀ। ਅਤੇ ਸਾਡੇ ਦੇ ਚੜ੍ਹਦੇ ਪਾਸੇ ਨਾਲ ਇੱਕ ਪਿੰਡ ਸੀ ਅਲੀਵਾਲ। ਅੱਛਾ, ਉਹਦੇ ਡੋਗਰੇ ਜ਼ਿਆਦਾ ਸਨ। ਅੱਛਾ, ਸਾਰਾ ਟੋਟਲੀ ਮੁਸਲਮਾਨਾਂ ਦਾ ਪਿੰਡ ਸੀ। ਨਾਲ ਇੱਕ ਬੂੜੀਆ ਵੀ ਪਿੰਡ ਸੀ, ਉਹ ਵੀ ਟੋਟਲੀ ਮੁਸਲਮਾਨਾਂ ਦਾ ਸੀ। ਅੱਛਾ ਜੀ, ਸਾਡਾ ਪਿੰਡ ਵੀ ਟੋਟਲੀ ਮੁਸਲਮਾਨਾਂ ਦਾ ਸੀ। ਅੱਛਾ, ਇਹ ਘਰ ਵੀ ਨਹੀਂ ਸੀ ਗੈਰ ਮੁਸਲਮਾਨ ਹੈਗਾ। ਅੱਛਾ, ਅਤੇ ਸਾਡੇ ਲਹਿੰਦੇ ਪਾਸੇ ਹੈਗਾ ਸੀ ਜਗਦੇ। ਅੱਛਾ, ਜਗਦੇ ਪਿੰਡ ਬੜਾ ਕਸਬਾ ਸੀ, ਅਤੇ ਚੜ੍ਹਦੇ ਪਾਸੇ ਸੜਕ ਜਾਂਦੀ ਸੀ ਰਮਦਾਸ ਨੂੰ। ਅੱਛਾ, ਰਮਦਾਸ ਉਹ ਪਰਾਂ ਸੀ ਬਾਰਡਰ ਦੇ ਉੱਤੇ, ਰਮਦਾਸ ਬੜਾ ਮਸ਼ਹੂਰ ਕਸਬਾ ਸੀ, ਉੱਥੇ ਸੜਕ ਜਾਂਦੀ ਅਜਨਾ ਸਿੱਧੀ ਪੱਕੀ। ਅੱਛਾ, ਉਹ ਸਾਡੇ ਚੜ੍ਹਦੇ ਚੜ੍ਹਦੇ ਨਾਲ ਲੰਘਦੀ ਸੀ ਅਜਨਾਏ ਤੋਂ। ਅਸੀਂ ਹੈਗੇ ਸਾਂ 3 ਕੋਹ ਦੂਰ, ਮਤਲਬ ਕਿ 5-6 ਮੀਲ ਤਕਰੀਬਨ, 5-6 ਮੀਲ। ਇਹ ਜਿਹੜਾ ਤੁਹਾਡਾ ਸਾਰਾ ਪਿੰਡ ਮੁਸਲਮਾਨ ਅਰਾਈਆਂ ਦਾ ਸੀ ਕਿ ਹੋਰ ਵੀ ਕੋਈ ਬਰਾਦਰੀ ਸੀ? ਟੋਟਲੀ ਅਰਾਈ ਸਾਡੇ ਦੇ ਵਿੱਚ, ਟੋਟਲੀ ਅਰਾਈ, ਸਿਰਫ ਇੱਕ ਦੁਆਰਾ ਦਾ ਘਰ ਸੀ। ਅੱਛਾ, ਬਾਕੀ ਟੋਟਲੀ ਅਰਾਈ ਸਾਡੀ, ਕੋਈ ਬਰਾਦਰੀ। ਸਕੂਲ ਜਿਹੜਾ ਸੀ ਤੁਹਾਡਾ, ਕਿਹੜੀ ਕਲਾਸ ਤੱਕ ਜਾਂਦੇ ਰਹੇ ਉੱਥੇ? ਸਕੂਲ ਪ੍ਰਾਇਮਰੀ ਤੱਕ ਸੀ ਉੱਥੇ। ਅੱਛਾ,
ਅਤੇ ਉਹ ਸਾਡਾ ਇੱਕ ਮਾਸਟਰ ਹੁੰਦਾ ਸੀ ਰਾਜਪੂਤ ਗ੍ਰਾਮ ਹੁੰਦਾ, ਉਹ ਹੈੱਡ ਮਾਸਟਰ ਸਕੂਲ ਰਾਣਾ। ਅੱਛਾ। ਉਹ ਉਹਨਾਂ ਦਾ ਚੜ੍ਹਦੇ ਵਾਲੀ ਆ। ਅੱਛਾ। ਚੜ੍ਹਦੇ ਵਾਲੀ ਪਿੰਡ ਸੀ, ਉੱਥੋਂ ਆਉਣ ਪੜਾਉਂਦਾ। ਅੱਛਾ। ਇੱਕ ਨਾਲ ਖੱਤਰੀ ਸੀ ਰੋੜਾ, ਉਹਨੇ ਸਾਜਣ ਦਿਆ, ਉਹ ਪਤਲਾ ਜਿਹੜਾ ਸੀ ਉਹ ਹਿੰਦੂ ਸੀ। ਅੱਛਾ। ਉਹ ਦੂਜਾ ਟੀਚਰ ਉਹ ਸੀ। ਅੱਛਾ। ਨੈਬ ਜਿਹੜਾ ਸੀ ਕਿਹੜੀ ਜਗ੍ਹਾ ਤੋਂ ਆਉਂਦਾ ਸੀ? ਉਹ ਜਿਹੜਾ ਉਹ ਰਾਣਾ ਚੜ੍ਹਦੇ ਵਾਲੀ ਜਿਹੜੇ, ਉਹ ਦੂਸਰਾ ਉਹ ਗਰਾਲੇ ਦਾ ਸੀ। ਉਹ ਗਰਾਲੇ ਦਾ ਸੀ? ਹਾਂਜੀ। ਅੱਛਾ। ਗਰਾਲਾ ਜਿਹੜਾ ਪਿੰਡ ਸੀ ਨਾ, ਉਹਦੇ ਵਿੱਚ ਸਿੱਖ ਵੀ ਸਨ। ਅੱਛਾ। ਹਿੰਦੂ ਵੀ ਸਨ। ਅੱਛਾ। ਮੁਸਲਮਾਨ ਵੀ ਸਨ ਉਹਦੇ ਵਿੱਚ। ਜਿਹੜਾ ਸਕੂਲ ਸੀ ਸਾਡਾ, ਉਹਦੇ ਬੱਚੇ ਬਹੁਤੇ ਮੁਸਲਮਾਨਾਂ ਦੇ ਹਨ, ਅਤੇ ਇੱਕ ਮੁੰਡਾ ਹੁੰਦਾ ਸੀ ਤ੍ਰਿਲੋਕ ਚੰਦ, ਮੇਰਾ ਕਲਾਸ ਫਿਰ ਹੁੰਦਾ ਸੀ। ਅੱਛਾ। ਉਹ ਸਿੱਖਾਂ ਦਾ ਮੁੰਡਾ ਸੀ। ਅੱਛਾ। ਇੱਕ ਖੱਤਰੀ ਸੀ ਜਵਾਹਰ ਲਾਲ, ਉਹ ਮੇਰਾ ਕਲਾਸ ਫਿਰ, ਉਹ ਵੀ ਉੱਥੋਂ ਦਾ ਸੀ ਗਰਾਏ ਦਾ ਹੀ। ਅੱਛਾ। ਬਾਕੀ ਸਾਡਾ ਟੋਟਲੀ ਏਰੀਆ ਸਾਡਾ ਮੁਸਲਮਾਨ ਦਾ ਹੀ ਸਾਰਾ, ਗਰਾਲੇ ਮੁਸ਼ਤਰਕਾ ਕੰਮ ਹੈ ਸਰ ਤੇ ਨਹੀਂ। ਕਾਫੀ ਬੜਾ ਹੋਣਾ, ਵਾਹਵਾ ਵੱਡਾ ਸੀ। ਨਾਲੇ ਦੁਕਾਨਾਂ ਜਿੱਥੇ ਚਾਰ ਹੁੰਦੀਆਂ ਸਨ, ਅਤੇ ਉਹ ਮਸ਼ਹੂਰ ਲੋਕ ਦੂਰੋਂ ਦੂਰੋਂ ਸੌਦਾ ਲੈਣ ਉੱਥੇ ਕਸਬੇ 'ਚ ਹੀ ਆਉਂਦੇ ਸਨ। ਤੁਸੀਂ ਖਰੀਦੋ ਫਰੋਖਤ ਕਰਨ ਵਾਸਤੇ ਉੱਥੇ ਜਾਂਦੇ ਸੀ ਜ਼ਿਆਦਾਤਰ? ਉੱਥੋਂ ਜੇ ਬਹੁਤਾ ਜ਼ਰੂਰਤ ਪੈਣੀ ਫਿਰ ਅਸੀਂ ਨਾਲੇ ਚਲੇ ਜਾਣਾ, ਅਤੇ ਨਹੀਂ ਤਾਂ ਉੱਥੇ ਗਰਾਏ ਸੌਦਾ ਸੁਦਾ। ਹਸਪਤਾਲ ਜਿਹੜਾ ਮਰਦਾਨਾ ਸੀ, ਇਹ ਵੀ ਅਸੀਂ ਨਾਲੇ ਸੀ। ਤੁਹਾਡੇ ਜਿਹੜਾ ਘਰ ਸੀ ਪਿੰਡ 'ਚ ਕਿਹੜੀ ਸਾਈਡ 'ਤੇ ਸੀ? ਸਾਡਾ ਘਰ ਜਿਹੜਾ ਸੀ ਨਾ, ਬਿਲਕੁਲ ਜਨੂਬ ਅਤੇ ਮਗਰਬ ਦੀ ਕੋਨੇ ਦੇ ਵਿੱਚ ਸੀ। ਜਨੂਬ ਅਤੇ ਮਗਰਬ ਦੀ ਗੋਠ 'ਚ? ਹਾਂ, ਕੋਟ ਦੇ ਵਿੱਚ, ਬਿਲਕੁਲ ਪਿੰਡ ਦੇ ਕੋਨੇ 'ਤੇ ਸਾਡਾ ਘਰ ਸੀ। ਮਤਲਬ ਲਹਿੰਦੇ ਦੇ ਅਤੇ ਦੱਖਣ ਦੇ? ਦੱਖਣ ਦੇ ਕੋਨੇ ਦੇ ਜਿਹੜਾ ਕੋਣਾ ਸੀ ਨਾ, ਉਹਦੇ ਉੱਥੋਂ ਸਾਡਾ ਪਿੰਡ, ਸਾਡੀ ਬੇਲੀ ਉੱਥੇ। ਤੁਹਾਡੀ ਬੇਲੀ ਉੱਥੇ ਸੀ ਅਤੇ ਘਰ? ਘਰ ਦੇ ਨਾਲ ਹੀ ਵੇਲੀ ਸੀ। ਘਰ ਕਿੰਨਾ ਕੁ ਵੱਡਾ ਸੀ? ਕੋਈ ਨਿਸ਼ਾਨੀ ਉਸ ਟਾਈਮ? ਪੱਕਾ ਸੀ ਘਰ ਜਾਂ ਕੱਚਾ ਸੀ? ਘਰ ਉਦੋਂ ਕੱਚੇ ਹੀ ਸਨ, ਕੱਚੇ ਸਨ ਜ਼ਿਆਦਾਤਰ। ਅਤੇ ਉਂਝ ਬਾਕੀ ਘਰ ਸਾਡਾ ਸੋਫਾ ਜਿਹੜਾ ਸੀ ਨਾ, ਹਾਂਜੀ, ਉਹ ਜਿਹੜਾ ਪਹਿਲਾਂ ਸਾਡਾ ਅੱਗੇ ਸੀ ਨਾ ਮਕਾਨ, ਜੀ ਜੀ, ਉਹ ਹੈਗਾ ਸੀ 12 ਸ਼ਤੀਰਾਂ ਦੇ। ਅੱਛਾ। ਬੜਾ ਲੰਮਾ ਸੀ। ਅੱਛਾ। ਦੋ ਉਹਦੇ ਦਰਵਾਜ਼ੇ ਸਨ, ਪਿੱਛੇ ਦੋ ਘੋੜੀਆਂ ਸਨ। ਅੱਛਾ। ਅਤੇ ਬੜਾ ਖੁੱਲ੍ਹੀ ਜਗ੍ਹਾ ਸੀ, ਇੱਕ ਵੀ ਚਾਰ ਜੀ ਪ੍ਰਾਹੁਣੇ ਪੂਰੇ ਆ ਜਾਂਦੇ ਵਿੱਚ, ਪੂਰੀ ਬਰਾਤ ਬਹਿ ਜਾਂਦੀ ਹੋਣੀ। ਹਾਂ, ਕੰਮ ਹੋ ਜਾਂਦਾ। ਕੋਈ ਦਰਖਤ ਵੀ ਲਾਏ ਸਨ? ਕੋਈ ਦਰਖਤ ਬਾਹਰ ਜ਼ਮੀਨ 'ਤੇ ਬੜੇ ਸਨ, ਘਰ 'ਚ? ਘਰ 'ਚ ਕੋਈ ਦਰਖਤ ਨਹੀਂ ਸੀ। ਹਵੇਲੀ ਜਿਹੜੀ ਸੀ, ਹਵੇਲੀ ਦੇ ਵਿੱਚ ਬਰਾਂਡਾ ਸੀ। ਅੱਛਾ ਜੀ। ਜਿੱਥੇ ਮਾਲ ਡੰਗਦਾ, ਮਾਲ ਜਿਹੜਾ ਨਾ ਰਾਤ ਨੂੰ ਘਰ ਆਉਂਦਾ ਸੀ, ਸਵੇਰ ਨੂੰ ਖੂਹਾਂ 'ਤੇ ਚਲੇ ਜਾਂਦਾ ਸੀ। ਖੂਹਾਂ 'ਤੇ ਬੜੀ ਛਾਂ ਹੁੰਦੀ, ਖੂਹ ਲਾਗੇ ਲਾਗੇ ਸਨ। ਜਿਹੜਾ ਤੁਹਾਡਾ ਘਰ ਸੀ ਉਹਦੇ ਨਾਲ ਹਮਸਾਏ ਕਿਹੜੇ ਕਿਹੜੇ ਸਨ? ਹਮਸਾਏ ਸਾਡੇ ਰਾਹੀਂ ਸਨ, ਬਰਾਦਰੀ ਸਾਡੀ ਸਾਰੀ। ਤਾਜਦੀਨ ਸੀ, ਸ਼ਰੀਫ ਸੀ, ਉਹਦਾ ਪਿਓ ਗੁਲਾਮ ਅਹਿਮਦ ਸੀ, ਲਾਲ ਸੀ, ਇੱਕ ਲਾਲਦੀਨ ਸੀ, ਉਹ ਵੀ ਰਾਹੀਂ ਸੀ ਸਾਡਾ ਬਰਾਜ। ਇੱਕ ਅਸਮੇ ਨੰਬਰਦਾਰ ਹੁੰਦਾ ਸੀ, ਉਹ ਵੀ ਰਾਹੀਂ ਸੀ, ਉਹ ਸਾਡੇ ਇੱਕ ਪਾਸੇ ਸੀ। ਪੀਲੇ ਪਹਿਲੇ ਸਾਡੇ ਬਾਬਾ ਜਲਾਲਦੀਨ ਹੁੰਦਾ ਸੀ, ਉਹ ਵੀ ਰਾਹੀਂ ਸਨ। ਅੱਛਾ। ਯਾਨੀ ਸਾਡੇ ਚੌਂ ਪਾਸਿਆਂ ਦੀ ਰਾਈਆਂ ਸਨ, ਜ਼ਿਆਦਾ ਸਾਰੀ ਆਬਾਦੀ ਰਾਈਆਂ ਦੀ, ਸਾਰੀ ਆਬਾਦੀ ਰਾਈਆਂ ਦੀ। ਸਿਰਫ ਇੱਕ ਘਰ ਵਿੱਚ ਲੁਹਾਰਾਂ ਦਾ ਸੀ। ਠੀਕ। ਇਹ ਸਾਰੇ ਇੱਥੇ ਸ਼ਿਵਪੁਰੇ ਆ ਕੇ ਬੈਠੇ ਆ ਜਾਂ ਕਿੱਲਰ ਪੁੱਲਰ? ਸਾਰੇ ਸਾਡਾ ਪਿੰਡ 'ਤੇ ਸਾਰਾ ਬੈਠਾ ਕੋਟਵਾਰ, ਮਾਨਾਵਾ ਦੇ ਨਾਲ। ਕੋਟਵਾਰ? ਕੋਟਵਾਰ। ਅੱਛਾ ਜੀ। ਸਾਰਾ ਪਿੰਡ ਉੱਥੇ ਬੈਠਾ ਸੀ। ਅੱਛਾ ਜੀ। ਬਾਕੀ ਸਾਡੇ ਇੱਥੇ ਘਰ ਸਨ ਚਾਰ ਪੰਜ, ਉਹ ਅਸੀਂ ਇੱਥੇ ਬਹਿ ਗਏ ਡੇਰੇ 'ਤੇ। ਅੱਛਾ। ਸਾਡਾ ਸਮਾਨ ਭਰਾਉਣ ਬਣੀ, ਅੱਧਾ ਮੂਹਣੇ ਸਾਡੇ ਕੋਲ ਰਿਸ਼ਤੇਦਾਰ ਸਨ, ਸੁਫੀ ਦੇ ਪੁੱਤਰ। ਅੱਛਾ। ਇਹਨਾਂ ਦੀ ਵਿਸ਼ਵਾਸ ਦੇ ਨਾਲ ਸ਼ਦਰੀਓ ਅਸੀਂ ਕੈਂਪ ਦੇ ਵਿੱਚ ਉੱਠ ਕੇ ਇਹਨਾਂ ਕੋਲ ਆ ਗਏ। ਇੱਥੇ ਉਹ 5-7 ਦਿਨ ਮੇਰੇ ਡੇਰੇ 'ਤੇ ਆ ਕੇ ਨਾ, ਇੱਥੇ ਆਣ ਕੇ
ਸਾਡਾ ਜ਼ਮੀਨ ਜ਼ਮੂਨ ਵਾਹੁਣ ਲੈ ਪਈ ਇੱਥੇ ਕਮਾਦ ਕਪਾਹਾਂ ਬਥੇਰੀਆਂ ਸਨ। ਉਹ ਕਮਾਦ 'ਚ ਮੈਂ ਸਾਨੂੰ ਗੌਰਮੈਂਟ ਨੇ ਨਿਲਾਮੀ ਦਿੱਤਾ ਸੀ, ਅਸੀਂ ਨਿਲਾਮੀ 'ਚ ਲਿਆ ਕਮਾਦ 'ਚ ਪੀੜਿਆ ਬੜਾ। ਅਤੇ ਉਹਦਾ ਸ਼ੱਕਰ ਬੜੀ ਚੰਗੀ ਸ਼ੱਕਰ ਜਿਹੜੀ ਸੀ ਉਹ 19 ਰੁਪਈਏ 20 ਰੁਪਈਏ ਉਹਦਾ ਭਾਅ ਸੀ, ਮਨ ਦਾ ਬੜੀ ਟਾਪ ਦੀ ਸ਼ੱਕਰ ਜਿਹੜੀ। ਅਤੇ ਗੁੜ ਜਿਹੜਾ ਸੀ ਉਹ 12-13 ਉਹ ਵੀ ਉਦੋਂ ਕਹਿ ਦੀ ਸ਼ਕਲ ਦੇ ਵਿੱਚ, ਜਦੋਂ ਕਣਕ ਜਿਹੜੀ ਆਉਂਦੀ ਸਾਨੂੰ ਇੱਥੇ 50 ਰੁਪਈਏ 60 ਰੁਪਈਏ ਕਹਿ ਦੀ ਸ਼ਕਲ ਦੇ ਵਿੱਚ ਸਾਨੂੰ ਲੱਭੀ ਸੀ। ਅਤੇ ਉਹ ਅਸੀਂ ਕਣਕ ਲੈ ਕੇ ਖਾਂਦੇ ਹੁੰਦੇ ਸੀ ਅਤੇ ਉਹ ਕਮਾਦ ਪੀੜਨਾ ਅਤੇ ਸ਼ੱਕਰ ਜਿਹੜੀ ਉਹ ਇੱਥੇ ਮੰਡੀ ਜਾ ਕੇ ਵੇਚਣੀ ਸ਼ੇਖਪੁਰੇ, ਉਹ ਗੱਲਾਂ ਗੁੱਲਾਂ ਲਿਆ ਕੇ ਦੇ ਸਾਰਿਆਂ ਨੇ ਖਾ ਲਓ ਜੀ। ਥੋੜ੍ਹਾ ਜਿਹਾ ਪਿੱਛੇ ਚੱਲਦੇ ਪਿੰਡ, ਫਿਰ ਉਹ ਗੱਲ ਕਰਨੇ ਪਿੰਡ ਦੇ ਹਵਾਲੇ ਦੇ ਨਾਲ ਹੀ। ਤੁਹਾਡਾ ਜਿਹੜਾ ਹਵੇਲੀ ਸੀ, ਘਰ ਸੀ, ਉਹ ਦੱਖਣ ਅਤੇ ਲਹਿੰਦੇ ਦੀ ਗੁੱਠ ਦੇ ਵਿੱਚ ਸੀ, ਗੁੱਠ ਦੇ ਵਿੱਚ ਸੀ। ਪਹਿਲੀ ਕਿਹੜੀ ਸਾਈਡ 'ਤੇ ਸੀ ਤੁਹਾਡੀ? ਪਹਿਲੀ ਅੱਗੇ ਸਾਡੀ ਉੱਥੇ ਸ਼ੁਰੂ ਹੋਈ ਨਹੀਂ ਪਈ, ਬਾਹਰ ਹਵੇਲੀਆਂ ਦੇ ਨਾਲ ਹੋਈ, ਘਰਾਂ ਦੇ ਨਾਲ ਹੋਈ, ਨਾਲ ਦੀ ਬਾਹਰ ਪੈ ਸਾਡੀ। ਅੱਛਾ ਅੱਛਾ। 2 ਕਿਲੇ ਸਾਡੀ ਹਵੇਲੀ ਦੇ ਨਾਲ ਪਿੰਡ ਦੇ ਨਾਲ ਨਾਲ ਅਸਰ ਕਰਕੇ ਯੂ ਦੀ ਸ਼ਕਲ ਦੇ ਵਿੱਚ ਪੈਲੀ ਬਣੀ ਸੀ। ਅੱਛਾ। ਤੇ ਬਾਕੀ ਇਸੇ ਤਰ੍ਹਾਂ ਬਾਹਰ ਨੂੰ ਅੱਗੇ ਫਿਰ ਸ਼ੁਰੂ ਹੋ ਜਾਂਦੀ ਸੀ, ਬਾਹਰ ਕੋਈ ਇੱਥੇ ਕੋ ਉੱਥੇ ਕੋ ਉੱਥੇ ਕੋ ਖੂਹਾਂ ਦੀ ਵਾਹੀ ਸੀ। ਹਾਂਜੀ ਹਾਂਜੀ। ਤੇ ਜ਼ਮੀਨ ਜਿਹੜੀ ਸੀ ਨਾ, ਜਿੱਥੋਂ ਕਿਤੇ ਮੁੱਲ ਲੈਣੀ ਨਾ, ਹਾਂਜੀ, ਉਹ ਉੱਥੇ ਹੀ ਰਹਿਣੀ ਅਤੇ ਦੂਸਰੀ ਅੱਗੋਂ ਹੋਰ ਲੈ ਲੈਣੀ, ਅੱਗੋਂ ਹੋਰ ਲੈਣੀ। ਸਾਡਾ ਦਾਦਾ ਜਿਹੜਾ ਸੀ ਨਾ, ਉਹ ਜ਼ਮੀਨ ਬਥੇਰੀ ਲੈਂਦਾ ਰਿਹਾ ਸੀ ਉੱਥੇ। ਉਸ ਵਕਤ ਸਾਡੇ ਦੂਸਰੇ ਸਨ ਨਾ ਸਾਰੇ ਮਸਾਹੇ, ਸਾਡੀ ਬਰਾਦਰੀ ਵੀ, ਉਹਨੇ ਕੋਈ 2-2 ਕਿੱਲੇ ਜੀ ਜੋ ਇੱਥੇ ਆਈ ਸੀ ਅਤੇ ਸਾਡੀ ਉਦੋਂ ਹੀ 16-17 ਕਿੱਲੇ ਆਈ ਸੀ ਉਹ ਦਿੰਦੇ। ਜਿੱਦਣ ਪਾਰਟੀ ਹੋਈ ਹੈ ਅਤੇ ਉਦਣ ਉਹਨੂੰ 3 ਦਿਨ ਪਹਿਲਾਂ ਰਜਿਸਟਰੀ ਕਰਵਾਈ ਸੀ। ਚੰਗੇ ਰਹੇ ਜੀ, ਨਹੀਂ ਤਾਂ ਪਹਿਲਾਂ ਨੇ ਬਹੁਤ ਜ਼ਿਆਦਾ ਨੇ ਕਰਵਾਈਆਂ ਨਹੀਂ, ਕੋਈ ਰਜਿਸਟਰੀਆਂ ਮਾਮਲੇ ਪੈਂਦੇ ਰਹਿਣਗੇ। ਨਹੀਂ ਰਜਿਸਟਰੀ ਪਹਿਲਾਂ ਹੀ, ਕਈਆਂ ਨੇ ਮਾਮਲੇ ਦੀ ਵਜ੍ਹਾ ਤੋਂ ਆਪਣੀਆਂ ਜ਼ਮੀਨਾਂ ਵੀ ਜਿਹੜੀਆਂ ਬੇਬਾਦ ਜਿਹੜੀਆਂ ਨੇ ਉਹ ਛੱਡ ਲਿਖਵਾ ਦਿੱਤੀਆਂ ਨੇ ਪਟਵਾਰੀਆਂ ਨੂੰ, ਕਹਿ ਕਹਿੰਦਾ ਜੀ ਉਹ ਫਿਰ ਇੱਥੇ ਆਈਆਂ ਨਹੀਂ ਗੀਆਂ। ਨਹੀਂ ਹੋਈਆਂ, ਇਸ ਤਰ੍ਹਾਂ ਹੀ ਹੋਇਆ। ਅਤੇ ਫਿਰ ਜਿਹਨਾਂ ਨੇ ਮੁੱਲ ਵੀ ਲਈਆਂ ਸਨ ਨਾ, ਉਹ ਰਹਿ ਗਈਆਂ, ਉਹ ਵੀ ਰਹਿ ਗਈਆਂ, ਉਹ ਵੀ ਕਹਿੰਦੇ ਮਾਮਲਾ ਦੇਣਾ ਪੈਗਾ, ਰਹਿਣ ਦਿਓ ਇਸੇ ਤਰ੍ਹਾਂ ਹੀ, ਅਸੀਂ ਕਿਹੜਾ ਜਾਣਾ ਹੈ। ਜੇ ਜਿਹੜਾ ਜ਼ਮੀਨ ਬੰਦਾ ਖਰੀਦਣਾ ਉਹਦੇ ਘਰ ਪੈਸਾ ਨਹੀਂ ਟਿਕਦਾ, ਪੈਸਾ ਨਹੀਂ ਟਿਕਦਾ ਜੀ। ਅਸੀਂ ਨਾ ਜਿਸ ਤੀਸਰੇ ਦਿਨ ਉੱਠ ਕੇ ਆ ਗਏ। ਖੂਹਾਂ ਦੀ ਵਾਹੀ ਸੀ, ਤੁਹਾਡੇ ਪਿੰਡ ਦੇ ਜਿਹੜਾ ਰਕਬਾ ਸੀ ਉਹਦੇ ਕਿੰਨੇ ਖੂਹ ਸਨ? ਸਾਡਾ ਖੂਹ ਅਸਲੀ ਕਾਜੀਆਂ ਦਾ ਖੂਹ ਸਾਡੇ। ਅੱਛਾ, ਤੁਹਾਡਾ ਖੂਹ ਕਾਜੀਆਂ ਦਾ ਖੂਹ ਸੀ? ਬੁੱਢੇ ਵਾਲਾ ਖੂਹ। ਅੱਛਾ ਜੀ। ਤੇ ਖੋਤੀ ਖੂਹ ਤੇ ਖੂਹ ਹੈ ਹੀ ਬੜੇ ਸਨ। ਅੱਛਾ। ਸ਼ਾਹ ਵਾਲਾ ਕੀ ਤੇ ਦੂਜਾ ਬੜੇ ਖੂਹ ਸਨ, ਹੁਣ ਤੇ ਨਾਮ ਹੀ ਉਹਦੇ ਕਈਆਂ। ਜਿਹੜਾ ਤੁਹਾਡਾ ਖੂਹ ਸੀ ਉਹਦੀ ਕੀ ਨਿਸ਼ਾਨੀ ਸੀ? ਨਿਸ਼ਾਨੀ ਸਾਡੇ ਖੂਹ ਦੇ ਉੱਤੇ ਨਾ ਖੂਹ ਲੱਗਾ ਸੀ ਜਿੱਥੇ, ਹਾਂਜੀ, ਤੇ ਫਿਰ ਬੜੀ ਸ਼ਾਨ ਸੀ। ਅੱਛਾ ਜੀ। ਸਾਇਦਾਰ ਬਹੁਤੇ ਦਰਖਤ ਕਿਹੜੇ ਸੀ? ਬੜੇ ਦਰਖਤ ਟਾਹਲੀਆਂ ਦੇ, ਅੰਬਾਂ ਦੇ। ਅੱਛਾ ਅੱਛਾ। ਅੰਬ ਬੜਾ ਸੀ, ਜਾਮ ਨੂੰ ਬੜਾ ਸੀ, ਜਿਹੜਾ ਤੁਹਾਡਾ ਖੂਹ ਸੀ? ਜਿਹੜਾ ਸਾਡਾ ਖੂਹ। ਤੇ ਉੱਥੇ ਚ ਬੱਚੇ ਪੱਕੇ ਬਣੇ ਆ ਸਾਡੇ, ਬਾਬਾ ਪਾਣੀ ਜਿੱਥੇ ਪੈਂਦਾ ਸੀ। ਅੱਛਾ। ਪਾਣੀ ਦਾ ਨਿਕਾਸ ਜਿਹੜਾ ਸੀ ਨਾ, ਕਿਆ ਵਾਤਾਵਰਨ ਸੀਨ ਅੱਗੇ ਆ ਜਾਂਦਾ, ਉਹ ਸਾਰਾ ਨਕਸ਼ਾ ਆ ਗਿਆ ਜਦੋਂ ਸਾਰਾ, ਉਹ ਤੇ ਨਕਸ਼ਾ ਅੱਗੇ ਫਿਲਮ ਆ ਗਈ ਨਾ। ਤੁਸੀਂ ਜਿਸ ਟਾਈਮ ਉੱਥੇ ਖੂਹ ਤੇ ਜਾਂਦੇ ਹੁੰਦੇ ਸੀ, ਹਾਂਜੀ, 12-14 ਸਾਲ ਤੁਹਾਡੀ ਉਮਰ ਸੀ ਜੀ, ਨਹਾਉਂਦੇ ਵੀ ਹੁੰਦੇ ਸੀ? ਨਹਿਰ ਹੈ ਸੀ ਲਾਗੇ? ਨਹੀਂ, ਨਹਿਰ ਕੋਈ ਨਹੀਂ। ਅੱਛਾ। ਸਿਰਫ ਖੂਹ ਸਨ, ਸਾਡੀ ਜ਼ਮੀਨ ਸੀ ਪੱਕੀ। ਅੱਛਾ। ਜਦੋਂ ਮੂੰਜੀ ਲਾਉਣੀ ਨਾ ਤੇ ਇੱਥੇ ਪੈ ਜਾਈਏ ਨਾ,
ਇੱਥੇ ਖੂਹ ਆ, ਹਾਂਜੀ ਇੱਕ ਉਹ ਖੂਹ ਆ, ਇੱਕ ਉਹ ਖੂਹ ਆ, ਇੱਕ ਉਹ ਖੂਹ ਸਵੇਰੇ ਖੂਹ ਦੂਰ ਦੂਰ, ਹਾਂਜੀ ਉੱਥੇ ਖਾਈਆਂ ਜਿਹੜੀਆਂ ਉਹਨਾਂ ਨੂੰ ਨੱਠੀ ਕਰਕੇ ਅਤੇ ਇੱਕ ਥਾਂ ਲਿਆ ਆਉਣੀ। ਅੱਛਾ, ਉਸ ਪਾਈ ਦੇ ਪਾਣੀ ਸਾਰਾ ਉਹ ਪਾਈ ਲਾ ਦੇਣਾ ਇਕੱਠਾ ਹੀ, ਚੌਂ ਖੂਹ ਆ ਜੀ, ਚੌਂ ਖੂਹ ਦਾ ਪਾਣੀ ਇਕੱਠਾ ਲਾ ਦੇਣਾ ਉਹਨੂੰ ਜਿੰਨਾ ਮਰਜ਼ੀ। ਅਤੇ ਦੂਸਰੀ ਗੱਲ ਇਹ ਵੀ ਛੱਪੜ ਲਾਗੇ ਸਾਡੇ ਬੜੇ ਸਨ, ਤੁਹਾਡੇ ਪਿੰਡ ਦੇ ਨਾਲ ਛੱਪੜ ਵੀ ਆਇਆ ਸੀ, ਛੱਪੜ ਵੀ ਆਇਆ ਸੀ ਸਾਡੇ ਪਿੰਡ ਦਾ ਜਿਹੜਾ ਛੱਪੜ ਸੀ ਨਾ, ਉਹ ਤਕਰੀਬਨ ਕਮ ਅਸ ਕਮ ਤਿੰਨਾਂ ਮੁਰੱਬਿਆਂ ਦਾ ਛੱਪੜ। ਅੱਛਾ, ਉਹਦੇ ਵਿੱਚ ਸੰਘਾੜਾ ਬੇਬਾਹ ਲੱਗਦਾ ਸੀ, ਸੰਘਾੜਾ ਦਰਿਆ ਦਾ ਬਾਹਰ ਉੱਛਣਾ ਨਾ, ਉਹ ਪਾਣੀ ਛੱਪੜ 'ਚ ਭਰ ਜਾਣਾ, ਉਹਦੇ ਵਿੱਚ ਮੱਛੀ ਅਤੇ ਫਿਰ ਕੋਈ ਸੰਘਾੜਾ ਬੇਬਾਹ ਹੁੰਦਾ ਸੀ। ਮੱਛੀ ਫੜਦੇ ਹੁੰਦੇ ਸੀ ਤੁਸੀਂ? ਮੱਛੀ ਬੜੀ ਤੁਰੇ ਜਾਣਾ, ਸੋਟੀਆਂ ਮਾਰੀਆਂ ਮੱਛੀ ਚੁੱਕ ਕੇ ਕਰ ਰਹੇ, ਲਗੋਟਾ ਪਾ ਕੇ ਉਂਝ ਵੜ ਜਾਂਦੇ ਦਰਸ਼ਨ, ਉਦੋਂ ਨਹੀਂ ਸੀ ਪਤਾ ਹੁੰਦਾ, ਪਿੱਛੇ ਤੁਰੇ ਫਿਰ ਜਾਂਦੇ, ਅੱਠ ਦਸ ਸਾਲ ਦੇ ਬੱਚੇ ਉਦੋਂ ਨੰਗੇ ਵੀ ਦੌੜਦੇ ਹੁੰਦੇ ਸੀ, ਪਿੱਛੇ ਬਥੇਰੇ ਉਹਨਾਂ ਦੇ 15-15 ਸਾਲ ਦੇ ਨਠੇ ਨੰਗੇ ਨਠੇ ਪਏ, ਇਸ ਤਰ੍ਹਾਂ ਹੀ ਹੈ ਸੀ ਇੰਨਾ ਹੁੰਦਾ। ਹੁਣ ਤਾਂ ਸਭ ਤੋਂ ਪਹਿਲਾਂ ਪੈਂਪ ਸਾਹਿਬ, ਇਸ ਵਕਤ ਤੁਸੀਂ ਉੱਥੇ ਪਿੰਡ ਰਹਿੰਦੇ ਸੀ, ਤੁਹਾਡੇ ਲਾਗੇ ਛਾਗੇ ਕੋਈ ਮੇਲਾ ਵੀ ਹੁੰਦਾ ਕਿ ਬਾਬੇ ਦਾ? ਗੁਜਰਪੁਰਾ, ਗੁਜਰਪੁਰਾ ਉਹ ਕਿੰਨੀ ਕੁ ਦੂਰ ਸਾਜੇ? ਉਹ ਸਾਡੀਆਂ ਸਾਡੀ ਜ਼ਮੀਨ ਵਾਹਵਾ ਦੂਰ ਤੱਕ ਪੈ ਜਾਂਦੀ, ਮੀਲ ਡੇਢ ਮੀਲ ਤੱਕ। ਅੱਛਾ, 2 ਮੀਲ ਤੱਕ ਵੀ ਚਲੀ ਜਾਂਦੀ। ਤੁਹਾਡੀ ਉੱਥੇ ਜ਼ਮੀਨ ਕਿੰਨੀ ਸਾਜੇ? ਉੱਥੇ ਸਾਡੀ ਜ਼ਮੀਨ ਜਿਹੀ 5-4 ਕਿੱਲੇ। ਅੱਛਾ ਅੱਛਾ, ਬਾਅਦ 'ਚ ਮੁੱਲ ਵੀ ਤੁਸੀਂ ਦੱਸਿਆ ਨਾ ਲਈਏ ਫਿਰ? ਮੁੱਲ ਲੈਂਦੇ ਹੀ ਰਹੇ ਨੇ ਫੇਰੇ ਫੇਰੇ, ਜਿੱਥੇ ਲੱਭੀ ਉੱਥੇ ਲੈ ਲੈਣੀ। ਅੱਛਾ, ਇਹ ਸਾਰੀ ਜਿਹੜੇ ਖੂਹ ਦੀ ਹੋਣੀ ਉੱਥੇ ਲੈ ਲੈਣੀ। ਅੱਛਾ, ਨਾਲ ਖੂਹ ਦਾ ਸਦ ਖਾ ਲੈਣਾ, ਜਿਹੜੇ ਮਾਲਕ ਖਰੀਦੇ ਉਹਨਾਂ ਕੋਈ ਹਿੱਸਾ ਇਹਨਾਂ ਖੂਹ ਦੇ ਵਿੱਚ ਆ। ਆਹ ਪਾਣੀ ਦਾ ਜੀ ਹੁੰਦਾ ਹਿਸਾਬ? ਆਹ ਹਿੱਸਾ ਖੂਹ। ਹਾਂਜੀ, ਠੀਕ ਹੈ। ਮੇਲਾ ਉੱਥੇ ਜਿਹੜਾ ਵਾਹ ਵੱਡਾ ਲੱਗਦਾ ਸੀ? ਬੜਾ ਵੱਡਾ ਮੇਲਾ ਲੱਗਦਾ ਜੀ। ਕੀ ਨਾਂ ਸੀ ਉਸ ਬਾਬੇ ਦਾ? ਗੁਜਰਪੁਰਾ, ਗੁਜਰਪੁਰਾ ਉਹ ਬੰਦ ਸ਼ਹਿਰ ਸੀ, ਪਿੰਡ ਸੀ, ਜਿਹੜਾ ਪਿੰਡ ਸੀ। ਅੱਛਾ, ਉੱਥੇ ਮੇਲਾ ਲੱਗਦਾ ਸੀ। ਹਿੰਦੂ ਅਤੇ ਸਿੱਖ ਵੀ ਆਉਂਦੇ ਸਨ, ਮੁਸ਼ਤਰਕਾ ਹੁੰਦਾ? ਸਾਰੇ ਮੁਸ਼ਤਰਕਾ ਹੀ ਹੁੰਦੇ ਸੀ, ਹਿੰਦੂ ਸਿੱਖ ਬ੍ਰਾਹਮਣ ਸਾਰੇ ਵੀ ਤੁਰੇ ਫਿਰਦੇ। ਕਿੰਨੇ ਕੁ ਪੈਸੇ ਲੈ ਕੇ ਜਾਂਦੇ ਸੀ? ਪੈਸੇ ਉਦੋਂ ਕਿਹੜੇ ਹੁੰਦੇ, ਜੇ ਕੋਈ ਚਾਰਾ ਨਹੀਂ ਹੁੰਦੇ ਉਹਦੇ ਮੁੱਕਰੇ ਨਹੀਂ ਸਨ। ਅੱਛਾ, ਘਰ ਵਾਸਤੇ ਵੀ ਲੈ ਕੇ ਆਉਂਦੇ ਸੀ? ਘਰ ਵਾਸਤੇ ਵੀ ਉਹ ਚੋਣ 'ਚ ਲੈ ਆਉਣਾ ਉਹਨੂੰ ਸਾਰੀ ਕਿ ਦੰਬੜੀਆਂ ਜਿਹੜੀਆਂ ਜਿਹੜਾ ਆਨਾ ਦੇ 4 ਹੁੰਦੇ ਸਨ, 64 ਪੈਸੇ, ਅਤੇ ਇਹਦੇ ਫਿਰ 2 ਪੈਸੇ ਹੁੰਦੇ ਹਨ, 1 ਪੈਸੇ 2 ਹੁੰਦੇ ਹਨ ਪੈਸੇ, ਧੇਲੇ ਉਹਨਾਂ ਨੂੰ ਸਾਦੇ ਹਨ, ਉਹ ਵੀ ਚਲਾਏ ਨੇ ਅਸਾਂ ਆਪਣੇ ਹੱਥਾਂ ਨਾਲ। 12 ਪਾਈਆਂ ਹੁੰਦੀਆਂ ਸਨ, ਉਹ ਪਾਈਆਂ ਵੀ ਜਦੋਂ ਅਸੀਂ ਦੰਬੜੀਆਂ ਸਾਦੇ, ਉਹ ਦੰਬੜੀ ਇੱਕ ਧੇਲੀ, 2 ਦੰਬੜੀਆਂ ਹੁੰਦੀਆਂ ਉਹ ਵੀ ਚੱਲਦੀਆਂ ਸਨ। ਇੱਕ ਮੋਰੀ ਵਾਲਾ ਕੋਈ ਪੈਸਾ ਹੁੰਦਾ ਸੀ? ਮੋਰੀ ਵਾਲਾ ਪੈਸਾ ਬਾਅਦ 'ਚ ਬਣਿਆ, ਪਹਿਲਾਂ ਟੱਗੇ ਪੈਸੇ ਨੇ ਵੱਡੇ। ਅੱਛਾ ਅੱਛਾ ਅੱਛਾ, ਬਾਅਦ 'ਚ ਮੋਰੀ ਵਾਲਾ ਪੈਸਾ ਛੋਟਾ ਆਇਆ। ਅੱਛਾ, ਕੋਈ ਸੈਂਟਰ ਜੀ ਉਹਨਾਂ ਮੋਰੀ ਕੱਢੀ ਸੁਰਾਖ ਸੀ। ਹਾਂਜੀ, ਉੱਥੇ ਖੇਡਾਂ ਕਿਹੜੀਆਂ ਹੁੰਦੀਆਂ ਮੇਲੇ ਦੇ ਦੌਰਾਨ? ਹਾਂਜੀ, ਕੁਸ਼ਤੀ ਹੁੰਦੀ, ਕੌਡੀ ਹੁੰਦੀ। ਭਲਵਾਨ ਕਿਹੜਾ ਸੀ ਉਸ ਹੁੰਦਾ ਇਲਾਕੇ ਦਾ ਜਿਹੜਾ ਮਸ਼ਹੂਰ ਹੁੰਦਾ ਸੀ? ਭਲਵਾਨ ਉੱਥੇ ਮੋਹਨ ਬਖਸ਼, ਉਹ ਬੜਾ ਮਸ਼ਹੂਰ ਭਲਵਾਨ ਸੀ। ਉਹ ਕਿਹੜੀ ਜਗ੍ਹਾ ਦਾ ਸੀ? ਉਹ ਗੁਜਰਪੁਰੇ ਹੁੰਦੇ ਹਨ, ਗੁਜਰਪੁਰੇ ਦਾ ਸੀ। ਉਹ ਵੀ ਰਾਹੀ ਸੀ? ਨਹੀਂ, ਉਹ ਜੜ ਸੀ। ਅੱਛਾ, ਹੋਰ ਕਿਹੜਾ ਭਲਵਾਨ ਸੀ ਜਿਹੜਾ ਉੱਥੇ ਨਾਮੀ ਗਰਾਮੀ ਸੀ? ਬਸ ਨਾਮੀ ਗਰਾਮੀ ਉਹਦਾ ਹੀ ਨਹੀਂ ਯਾਦ ਆ। ਅੱਛਾ, ਤੁਹਾਡੇ ਪਿੰਡ ਦਾ ਵੀ ਕੋਈ ਭਲਵਾਨ ਆਇਆ ਸੀ? ਸਾਡੇ ਪਿੰਡ ਦਾ ਭਲਵਾਨ ਕੋਈ ਨਹੀਂ ਸੀ। ਹਾਜੀ ਸਾਹਿਬ, ਤੁਹਾਡੀ ਸਿਹਤ ਤੋਂ ਲੱਗਦਾ ਕਿ ਤੁਸੀਂ ਸੁਹਾਗਾ ਚੁੱਕਦੇ ਰਹੇ? ਵਜ਼ਨ ਚੁੱਕ ਰਹੇ, ਵੱਟਾ ਸੁੱਟਣਾ ਇਸ ਤਰ੍ਹਾਂ ਕਰਕੇ। ਅੱਛਾ, ਅਤੇ ਉਹ ਵੱਟੇ ਦਾ ਮੇਰਾ ਰਿਕਾਰਡ ਹੁੰਦਾ ਸੀ ਸਾਰੇ ਇਲਾਕੇ ਦੇ ਵਿੱਚ। ਜ਼ਬਰਦਸਤ, ਇੱਥੇ ਆਉਣੇ ਮੁਕਾਬਲਾ ਹੁੰਦਾ ਸੀ ਉੱਥੇ? ਮੁਕਾਬਲਾ ਜਦੋਂ 4 ਮੁੰਡੇ ਇਕੱਠੇ ਹੋਣੇ। ਅੱਛਾ, ਪਿਆ ਹੋਣਾ ਅਤੇ ਉੱਥੇ ਲੁਹਾਰਾਂ ਦੀ ਐਰਨ ਹੋਈ ਦੁਕਾਨ 'ਤੇ, ਉਹ ਐਰਨ ਫੜ ਕੇ ਸੁੱਟਣ ਲੈ ਪੈਣਾ। ਅੱਛਾ, ਆਰਾਂ ਨੂੰ ਚੁੱਕ ਕੇ ਸੁੱਟਣ ਲੈ ਪੈਣਾ? ਸੁੱਟਣ ਐਰਨ ਫੜ ਕੇ ਲੋਹੇ ਦੀ। ਆਹੋ, ਕਾਫੀ ਭਾਰੀ ਹੁੰਦੀ ਹੈ। ਆਹੋ, ਜੋ
ਇੱਕ ਛੋਟੀ ਸੀ ਉਹ 17 ਕਿਲੋ ਦੀ। ਹਾਂਜੀ ਹਾਂਜੀ। ਉਹਦੇ ਇਸ ਤਰ੍ਹਾਂ ਜੋ ਇਸ ਤਰ੍ਹਾਂ ਫੜੀ ਦਾ ਨਾ ਉਹਨੂੰ, ਹਾਂਜੀ, ਉਹ ਬਾਂਹ ਦੇ ਉੱਤੇ ਇਸ ਤਰ੍ਹਾਂ ਬਾਂਹ ਨੂੰ ਸਪਰਿੰਗ ਲੱਗਾ ਜ਼ਬਰਦਸਤ, ਇਸ ਤਰ੍ਹਾਂ ਫਿਰ ਚੁੱਕਣਾ ਨਾ ਉਹਨੂੰ ਅਤੇ ਇਸ ਤਰ੍ਹਾਂ ਬਾਂਹ ਚੁੱਕਦੀ ਸਪਰਿੰਗ ਲੱਗਾ ਬਾਂਹ ਨੂੰ। ਬਾਂਹ ਨੂੰ ਲਗੋਟੀਆ ਯਾਰ, ਜਿਹਨੂੰ ਹਜੇ ਵੀ ਨਾ ਭੁੱਲਦੇ ਹੋ, ਉਹਦਾ ਨਾਂ ਕੀ ਸੀ? ਉਹਦੇ ਨਾਂ ਰਫੀਕ ਸੀ। ਅੱਛਾ, ਉਹਦੀਆਂ ਕੋਈ ਯਾਦਾਂ ਸ਼ੇਅਰ ਕਰੋ। ਹਾਂ, ਉਹ ਰਫੀਕ ਸੀ ਅਤੇ ਉਹ ਪੜ੍ਹਦੇ ਹੁੰਦੇ ਨਾ, ਉਹ ਜੇ ਕਦੇ ਉਹ ਨਿਕੰਮਾ ਸੀ, ਪੜ੍ਹਦੇ ਆ ਕੇ ਨਿਕੰਮਾ ਸੀ ਕੁਝ। ਅੱਛਾ, ਅਤੇ ਉਹਨੇ ਜੋ ਸਕੂਲੇ ਵੀ ਜਾਣਾ ਨਾ, ਅਤੇ ਉਹਨੂੰ ਪਿੱਛੇ ਮਾਂ ਨੇ ਡੰਡਾ ਲੈ ਕੇ ਮੋਹਰ ਚੜ੍ਹੀ ਹੋਣਾ, ਤਾਂ ਉਹ ਤੂੰ ਛੱਡ ਕੇ ਉਹਨੇ ਸਕੂਲੇ ਤੁਰ ਕੇ ਨਹੀਂ ਜਾਂਦਾ, ਰੋਲਾ ਜਾਂਦਾ ਸੀ, ਰੋਂਦਾ ਹੀ ਰੋਂਦਾ ਰੋਂਦਾ ਰੋਂਦਿਆਂ ਹੀ ਜਾਣਾ। ਮਾਂ ਬਾਪ ਭੇਜਦੇ ਸਨ ਤਾਂ ਕਈ ਬੱਚੇ ਨਹੀਂ ਸਨ ਜਾਂਦੇ, ਪਹਿਲੇ ਤਾਂ ਉਹਨੇ ਬਸਤਾ ਸੁੱਟਣਾ ਅਤੇ ਮਾਂ ਨੇ ਜੇ ਬਸਤਾ ਚੁੱਕ ਲੈਣਾ ਤਾਂ ਬਾਅਦ 'ਚ ਉਹਨੇ ਨਿਕਲ ਲਾ ਕੇ ਦੌੜ ਲਾ ਦੇਣੀ ਅੱਗੇ। ਸਾਡੇ ਬੱਚੇ ਜਿਹੜੇ ਸ਼ਾਈਨਿੰਗ ਨਹੀਂ ਸਨ ਹੈਗੇ, ਉਹਦੇ ਇੰਨੇ ਤੇਜ਼ ਨਹੀਂ ਸਨ ਹੈਗੇ। ਹਕੀਕਤ ਗੱਲ ਇਹ ਸੀ, ਉੱਥੇ ਆਪੋ ਆਦੇ ਵਿੱਚ ਬੜੀ ਖੁਸ਼ੀ ਸੀ, ਮੁਸਰਤ ਬੜੀ ਸੀ, ਸਭ ਤੋਂ ਵੱਡੀ ਤਾਂ ਕਹਿੰਦੇ ਸੀ ਇਸ ਤਰ੍ਹਾਂ ਵੀ ਬਾਹਰ ਜਗੀ ਦੇ ਸਵੇਰੇ ਅਤੇ ਖੁਸ਼ਬੂਆਂ ਹੋਣੀਆਂ ਨੇ, ਖੁਸ਼ਬੂਆਂ ਆਉਂਦੀਆਂ, ਬੜਾ ਜਿਸਮ ਜਿਹੜਾ ਦਿਮਾਗ ਬੜਾ ਮੁਅੱਤਰ ਹੁੰਦਾ ਸੀ ਅਤੇ ਬੜਾ ਪੁਰਸਕੂਨ ਮਾਹੌਲ ਸੀ, ਉਹ ਮਾਹੌਲ ਇੱਥੇ ਆਉਣ ਸਾਨੂੰ ਨਹੀਂ ਲੱਗਦਾ। ਮੈਂ ਅਕਸਰ ਦੇਖਿਆ ਇੰਡੀਆ ਦੇ ਵਿੱਚ ਵੀ ਜਿਹੜੇ ਲੋਕ ਇੱਧਰੋਂ ਗਏ ਹਨ ਉਹ ਆਪਣੇ ਦੇਸ਼ ਨੂੰ ਬੜਾ ਯਾਦ ਕਰਦੇ ਨੇ। ਅਸਲ ਦੇ ਵਿੱਚ ਜਿਹੜਾ ਆਉਣਾ ਹੁੰਦਾ ਨਾ ਜਨਰਲ ਵੀ ਬੜਾ ਪਿਆਰ ਆਉਂਦਾ ਆਪਣਾ, ਤੁਹਾਨੂੰ ਵੀ ਬੜਾ ਯਾਦ ਆਉਂਦਾ? ਬੜਾ ਯਾਦ ਆਉਂਦਾ। ਖਾਬ 'ਚ ਕਦੀ ਆਇਆ? ਖੂਬ ਯਾਦ, ਖਾਬ ਕਰੀ ਸਿੱਧੇ ਸਿੱਧੀਆਂ ਸੀਨਰੀਆਂ ਬਣੀਆਂ ਨੇ, ਦਿਲ ਕਰਦਾ ਜਾਣ ਨੂੰ? ਦਿਲ ਤਾਂ ਕਰਦਾ, ਪਰ ਗੱਲ ਇਹ ਸਾਡੇ ਉੱਥੇ ਕੋਈ ਬੰਦਾ ਐਸਾ ਨਹੀਂ ਹੈਗਾ ਜਿਹੜਾ ਸਾਨੂੰ ਪਛਾਣ ਰੱਖੇ ਸਾਡੀ, ਨਹੀਂ ਪਿੰਡ ਤਾਂ ਸਾਰਾ ਉੱਠ ਗਿਆ, ਲੇਕਿਨ ਗਲੀਆਂ ਨੇ, ਗਲੀਆਂ ਨੇ ਤੁਹਾਡੀ ਪਹਿਚਾਣ ਤੇ ਜਿਹੜੀ ਹੈ ਨਾ ਉਹ ਖੁਸ਼ਬੂ ਆਪਣੇ ਅੰਦਰ ਸਮਾਈ ਹੋਏਗੀ। ਸਾਡਾ ਪਿੰਡ ਹੈਗਾ ਸੀ ਜਿੱਥੇ ਬਦੋਮਲੀ ਹੈ ਨਾ, ਹਾਂਜੀ ਹਾਂਜੀ, ਇੱਥੋਂ ਚੜ੍ਹਦੇ ਪਾਸੇ ਬਾਰਡਰ ਦੇ ਨੇੜੇ ਸਨ। ਅੱਛਾ, ਬਦੋਮਲੀ ਦੇ ਨਾਲ ਹੀ ਅਗਲੇ ਪਾਸੇ ਚੜ੍ਹਦੇ ਪਾਸੇ ਅੱਗੇ ਦਰਿਆ ਸੀ, ਦਰਿਆ ਅੱਗੇ ਬਲ ਗਿੱਲ ਪਿੰਡ ਸੀ, ਉਹ ਜਿਹੜੇ ਬਲ ਗਿੱਲ ਪਿੰਡ ਸੀ ਨਾ ਸਾਡੇ ਪਿੰਡ ਦੇ ਮੁੰਡੇ ਉੱਥੇ ਵਿਆਹੇ ਸਨ। ਅੱਛਾ, ਉਹਨੇ ਬਰਾਦਰ ਹੀ ਮਾਇਆ ਸਨ ਇੰਡੀਆ ਦੇ ਵਿੱਚ। ਗਿੱਲ ਪਿੰਡ ਜਿਹੜਾ ਉਹ ਰੁੜ ਗਿਆ। ਅੱਛਾ, ਉਸ ਤੋਂ 10 ਕਿਲੋਮੀਟਰ ਪਰਾਂ ਕੋਟਲੀ ਕਾਲੀਆਂ। ਸਾਡੇ ਪਿੰਡ ਜਲਾਲ ਹੁੰਦਾ ਸੀ, ਉਹਦੀ ਸ਼ਾਦੀ ਹੋਈ ਸੀ ਬਲੀ। ਜਿਹੜਾ ਲਾੜਾ ਪਿੱਛੇ ਰਹਿ ਗਿਆ ਹੋਵੇ ਤੇ ਘੋੜੀ ਅੱਗੇ ਦੌੜ ਗਈ ਹੋਵੇ ਸੁੱਟ ਕੇ? ਨਹੀਂ, ਇਸ ਤਰ੍ਹਾਂ ਨਹੀਂ ਹੋਇਆ ਕਦੇ। ਘੋੜੀਆਂ ਵੀ ਥੱਕੀਆਂ ਹੀ ਹੁੰਦੀਆਂ ਲਾੜਿਆਂ ਦੀਆਂ, ਲਾੜੇ ਦੀ ਘੋੜੀਆਂ ਥੱਕੀਆਂ ਤੇ ਨਹੀਂ ਹੁੰਦੀਆਂ, ਬੜੀਆਂ ਥੱਕੀਆਂ ਹੀ ਹੁੰਦੀਆਂ ਸਨ। ਅੱਛਾ, ਤੁਹਾਡੀ ਘੋੜੀਆਂ ਉਹ ਭਰੀਆਂ ਮਾਨਸ ਹੋਣੀਆਂ ਬੋਲਦੀਆਂ, ਪਿੰਡਾਂ 'ਚ ਬਰਾਤ ਜਾਂਦੀ ਹੁੰਦੀ ਸੀ, ਉਦੋਂ ਪੈਸੇ ਪੂਸੇ ਵੀ ਵਾਹਵਾ ਸੁੱਟਦੇ ਹੁੰਦੇ ਸਨ ਲੋਕ? ਪੈਸੇ ਸੁੱਟਦੇ ਹਨ ਪੈਸੇ, ਹਾਂਜੀ, ਜੋ ਪੈਸੇ ਜਿਹੜੇ ਨਾ ਬਾਅਦ ਕਾਚ ਕੇ ਬੰਦੇ ਨੇ ਇਸ਼ਤਾਰ ਪੂਰਾ ਕਰ ਦੇਣਾ, ਬੀਬੀਆਂ ਦੇ ਬੇਟੀਆਂ ਨੇ ਪੈਸੇ ਵੀ ਐਡੇ ਹੁੰਦੇ ਹਨ, ਅਤੇ ਜਾਂ ਬਾਹਰ ਹੀ ਸੁੱਟ ਮੁੱਠੀ ਹੋਰ ਸੁੱਟ ਦੇਣੀ, ਕੋਈ ਫਿਰ ਕੇ ਬੀਬੀ ਦਾ ਮੱਥਾ ਪੜ ਜਾਏ। ਅੱਛਾ, ਅਤੇ ਗੁੱਸਾ ਕਿਲਾ ਹੁੰਦਾ ਕੋਈ? ਗੁੱਸਾ ਕਿਲਾ ਕੋਈ ਨਹੀਂ ਸੀ। ਇਸ ਤਰ੍ਹਾਂ ਦੀ ਕਦੀ ਹੋਇਆ ਕਿ ਬਰਾਤ ਜਾਂਦੀ ਹੋਵੇ ਲਾਗੇ ਦਰਖਤ ਹੋਣ, ਛਾਪੇ ਜੇ ਲੱਗੇ ਹੋਣ, ਉੱਥੇ ਲੱਗੇ ਹੋਣ ਭੂੰਡ? ਨਹੀਂ। ਤੇ ਨਾਲ ਜਿਹੜਾ ਨਾ ਉਹ ਜਨਾਬ ਉਹ ਬਰਾਤ ਨੂੰ ਚੰਬੜ ਗਏ ਹੋਣ? ਇਸ ਤਰ੍ਹਾਂ ਦਾ ਨਹੀਂ ਹੋਇਆ? ਨਹੀਂ।
ਹੋ ਵੀ ਜਾਂਦਾ ਇਸ ਤਰ੍ਹਾਂ, ਹੋ ਜਾਂਦਾ, ਮੌਕਾ ਬਣ ਜਾਂਦਾ ਇਸ ਤਰ੍ਹਾਂ ਦਾ। ਬੰਦੇ ਬਰਾਤ ਜਾਣਦੇ ਹੀ ਪਿੰਡਾਂ ਦੇ ਵਿੱਚ ਛਾਪੇ ਲੱਗੇ ਹੋਏ ਨੇ, ਬਰਾਤ ਵਾਲੇ ਪੈਸੇ ਸੁੱਟਣ ਦੇ ਨੇ, ਉਹ ਛਾਪੇ ਜਾਂਦੇ, ਮੁੰਡੇ ਛਾਪਿਆਂ ਦੌੜਦੇ ਨੇ, ਭੂੰਡ ਜਿਹੜੇ ਨੇ ਉਹਨਾਂ ਨੂੰ ਚੰਬੜ ਜਾਂਦੇ ਨੇ ਬਰਾਤੀਆਂ ਨੂੰ। ਭੂੰਡਾ ਕੀ ਚੰਬੜਨਾ ਸਾਡੇ ਤੇ ਦੁਲਹਾ ਦੁਲਹਾ ਉੱਥੇ ਬੈਠਾ ਰਹਿੰਦਾ, ਬਰਾਤ ਦੌੜ ਜਾਂਦੀ ਹੈ। ਡੂਮਣੇ ਬੜੇ ਸਨ, ਹਾਂ ਡੂਮਣੇ ਇਲਾਕੇ ਚ। ਅੱਛਾ, ਉਹਨੂੰ ਭੂੰਡ ਨੂੰ ਡੂਮਣਾ ਕਹਿੰਦੇ? ਨਹੀਂ, ਉਹ ਜੀ ਹੁੰਦੇ ਖੱਟੇ ਦਾ ਹੁੰਦਾ ਡੂਮਣਾ, ਸ਼ਹਿਦ ਵਾਲਾ। ਅੱਛਾ, ਸ਼ਹਿਦ ਵਾਲੀ ਮੱਖੀ, ਹਾਂ ਵੱਡੀ ਮੋਟੀ ਮੱਖੀ ਜਿਹੜੀ, ਹਾਂ ਉਹ ਉਹ ਜਿਹੜਾ ਨਾ ਉਹ ਉਹਨੂੰ ਬੰਦਾ ਠੋਕਰ ਲਾ ਰਿਹਾ ਨਾ, ਉਹ ਨੀ ਜਾਣ ਛੋੜ। ਹਾਂ ਉਹਦੀ ਮੈਂ ਗੱਲ ਕਰ ਲੈਂਦਾ ਸ਼ਹਿਦ ਵਾਲੀ ਦੀ। ਪਿੰਡਾਂ 'ਚ ਜਿਹੜੀਆਂ ਹੁੰਦੀਆਂ ਨਾ, ਪਹਿਲੇ ਪਿੰਡੋਂ ਬਾਹਰਲੇ ਪਾਸੇ ਰੂੜੀਆਂ ਵੀ ਹੁੰਦੀਆਂ ਸਨ, ਛਾਪੇ ਲੋਕਾਂ ਆਪਣੇ ਆਪਣੇ ਬੂਹੇ ਅੱਗੇ ਛਾਪੇ ਵੀ ਰੱਖੇ ਹੁੰਦੇ ਸਨ, ਬਾਲਣ ਜੋੜਿਆ ਹੁੰਦਾ, ਬਾਲਣ ਜੋੜਿਆ ਹੁੰਦਾ ਸੀ, ਨਾਲ ਹੀ ਬਾਹਰਲੇ ਪਾਸੇ ਗੋਹੇ ਵੀ ਲਾਏ ਹੁੰਦੇ ਸਨ। ਤੇ ਉਹ ਬਰਾਤ ਨੇ ਜਿਸ ਟਾਈਮ ਜਾਣਾ ਤੇ ਕਈ ਵਿੱਚ ਬੰਦੇ ਹੁੰਦੇ ਸਨ ਸ਼ੋਰੀ, ਉਹਨਾਂ ਨੇ ਜਿਹੜਾ ਛਾਪਿਆਂ ਵਾਲੇ ਪਾਸੇ ਉੱਥੇ ਲੱਗਾ ਹੋਣਾ ਡੂਮਣਾ, ਕੋਈ ਨਾ ਉਹ ਡੂਮਣੇ ਨੇ ਜਿਸ ਟਾਈਮ ਪੈ ਜਾਣਾ ਬਰਾਤ ਨੂੰ, ਬਰਾਤ ਨੇ ਦੌੜ ਜਾਣਾ ਤੇ ਦੁਲਹਾ ਜਿਹੜਾ ਉੱਥੇ ਝੁੰਮ ਮਾਰ ਕੇ ਬੈਠਾ ਰਿਹਾ ਹੈ। ਇਹ ਸ਼ੁਗਰ ਬਣ ਜਾਂਦਾ ਸੀ, ਬਣ ਜਾਂਦਾ ਸੀ, ਹਰ ਪਿੰਡ ਵਿੱਚ ਕੋਈ ਨਾ ਕੋਈ ਡੇਰਾ ਹੁੰਦਾ ਹੈ, ਕੋਈ ਪਰਿਆ ਵਾਲੀ ਹੁੰਦੀ ਜਗ੍ਹਾ ਹੁੰਦੀ ਜਿੱਥੇ ਪਰਿਆ ਬੈਠਦੀ ਹੈ। ਬਿਲਕੁਲ ਸਹੀ, ਜਿਹੜਾ ਪਿੰਡ ਸੀ ਨਾ ਸਾਡਾ, ਹਾਂਜੀ, ਉਹਦਾ ਬਾਜ਼ਾਰ ਇੱਕੋ ਸੀ ਸਾਰੇ ਪਿੰਡ ਦਾ। ਅੱਛਾ ਜੀ, ਵੱਡਾ ਸਾਰਾ ਉਹ ਬਾਜ਼ਾਰ ਦੇ ਵਿੱਚੋਂ ਗਲੀਆਂ ਨਿਕਲੀਆਂ, ਇੱਕ ਇੰਜ ਨੂੰ ਇੱਕ ਇੰਜ ਨੂੰ ਇੱਕ ਇੰਜ ਨੂੰ ਅੰਦਰ ਜਾ ਕੇ ਉੱਥੋਂ ਉਹਦੇ ਇੱਥੇ ਆਹ ਕੋਣਾ ਨਾ ਬਾਜ਼ਾਰ ਜਿੱਥੇ ਸ਼ੁਰੂ ਹੁੰਦਾ, ਇੱਥੇ ਇੱਕ ਬੋਹੜ ਦਾ ਦਰਖਤ ਸੀ ਬੜਾ ਵੱਡਾ। ਅੱਛਾ, ਉਹ ਕਮ ਸੇ ਕਮ ਦੋ ਤਿੰਨ ਕਿਲਾਂ ਦੇ ਵਿੱਚ ਏਡਾ ਵੱਡਾ ਦਰਖਤ ਸੀ। ਉਹਦੇ ਨਾਲ ਆਪਣੇ ਸਾਡੀ ਮਸਜਿਦ ਸੀ, ਨਾਲ ਆਪਣੇ ਕਬਰਸਤਾਨ ਸੀ। ਅੱਛਾ, ਉਹ ਮਸਜਿਦ ਜਿਹੜੀ ਹੈ ਨਾ, ਉੱਥੋਂ ਜਿਹਨੇ ਜਾਣਾ ਉੱਥੇ ਨਮਾਜ਼, ਅਤੇ ਸਫ਼ਾ ਹੋਰ ਰੱਖੀਆਂ ਹੁੰਦੀਆਂ ਸਨ, ਉਹ ਸਫ਼ਾ ਥੱਲੇ ਸੁੱਟੀਆਂ ਬੋਰਡ ਦੇ ਉੱਤੇ। ਅੱਜ ਕੱਲ੍ਹ ਜਿਹਦਾ ਜੀ ਕਰੇ ਉੱਥੇ ਜਾ ਕੇ ਸੌਂ ਰਵੇ। ਅੱਛਾ, ਅਤੇ ਲਾਗੇ ਇੱਕ ਮਕਾਨ ਸੀ ਵੱਡਾ ਸਾਰਾ ਬਣਾਇਆ, ਉਹਦੇ ਵਿੱਚ ਧੂੰਆਂ ਫਕੀਰ ਪਾਉਣਾ ਹੁੰਦਾ ਸੀ, ਗੋਹਿਆਂ ਦੀ ਅੱਗ ਬਾਲ ਛੱਡਣੀ, ਗੋਹੇ ਬਾਲ ਛੱਡਣੇ, ਉਹ ਹੁੱਕਿਆ ਜਾਣੇ ਉਹਨਾਂ ਸਾਰੀ ਜਿਹੜੀ ਉੱਥੇ ਹੁੱਕੇ ਧਰ ਅੱਗ ਧਰਦੇ ਰਹਿਣਾ ਬਣੀ, ਤੜਕੇ ਰਾਤ ਵੀ ਦਿਨ ਵੀ, ਅਤੇ ਉਹਨੂੰ ਸ਼ਿਮਾ ਹੀ ਪਿਛੋਂ ਦਾਣੇ ਦੇਣੇ, ਉਹਨੇ ਧੂੰਆਂ ਜਿਹਨੇ ਪਾਉਣਾ ਉਹਨਾਂ ਨੂੰ ਫਕੀਰ ਨੂੰ ਦਾਣੇ ਦੇਣੇ। ਜੋ ਉੱਥੇ ਬੜੇ ਸ਼ੁਗਰ ਬਥੇਰੇ ਹੁੰਦੇ ਹੁੰਦੇ ਹਨ, ਬਾਹਰਾਂ ਦੇ ਬੰਦੇ ਬਾਬੇ ਜਿਹੜੇ, ਕਈਆਂ ਨੇ ਮੁੰਜਾ ਵਾਣ ਵੱਟਣ ਡਿਆ ਪੈਣਾ, ਕਈਆਂ ਨੇ ਮੰਜੀਆਂ ਹੋਣ ਡਿਆ ਪੈਣੀਆਂ, ਕਈਆਂ ਬੜੀ ਖੁਸ਼ਾਂ ਹੀ ਬੜੀ ਖੁਸ਼ੀ ਸੀ। ਇੱਥੇ ਸੂਰਜ ਨਹੀਂ ਸੀ ਇਸ ਦੇ ਦੋ ਵਿੱਚੋਂ, ਏਡਾ ਵੱਡਾ ਬੋਰਡ ਸੀ, ਵੱਡਾ ਸੰਘਣਾ ਬੜਾ। ਉੱਥੇ ਜ਼ਿਆਦਾ ਟਾਈਮ ਸੁਬਾਹ ਕਈ ਬਜ਼ੁਰਗ ਜਿਹੜੇ ਵਿਹਲੇ ਸਨ, ਉਹ ਸਵੇਰੇ ਜਾਣਾ ਅਤੇ ਸ਼ਾਮ ਤੱਕ ਬੈਠੇ ਰਹਿਣਾ ਉੱਥੇ, ਵਿਹਲੇ ਸਾਰੀ ਜਿਹੜੀ ਵਿਹਲੇ ਮਿਹਨਤੀ ਬਣਿਆ ਸਾਰੇ ਬਾਈਆਂ ਜਿਹੜੇ ਮਤਲਬ ਨੇਸ਼ਨ ਉੱਥੇ ਬਹਿਣਾ, ਉੱਥੇ ਬਹਿ ਜਾਂਦੇ ਸੀ ਸ਼ਾਮ ਤੱਕ, ਤੇ ਸ਼ਾਮ ਤੱਕ ਬਹਿਣਾ, ਕਦੀ ਕਿਸੇ ਦੇ ਖਿਲਾਫ਼ ਕੋਈ ਜਿਹੜੀ ਹੈ ਨਾ ਕੋਈ ਗੱਲ ਨਹੀਂ ਕਰਨੀ, ਕੋਈ ਝਗੜਾ ਨਹੀਂ, ਕੋਈ ਝਗੜਾ ਨਹੀਂ, ਕੋਈ ਕਿਸੇ ਦੇ ਮੁਖਾਲਫ ਗੱਲ ਕੋਈ ਨਹੀਂ, ਕਿਸੇ ਦੀ ਕੋਈ ਬੁਰਿਆਈ ਨਹੀਂ ਬਿਆਨ ਕਰਨੀ, ਕੋਈ ਨਹੀਂ ਉੱਥੇ ਐਸੀ ਇਲਤਰ ਹੀ ਨਹੀਂ ਸੀ ਹੈਗੀ, ਜਿਹਨਾਂ ਹਸਤ ਬੁਗਲ ਹੋਣ ਵੱਧ ਗਏ ਉਹ ਕੋਈ ਨਹੀਂ। ਹਾਂਜੀ ਸਾਹਿਬ, ਤੁਸੀਂ ਪਹਿਲੀ ਦਫ਼ਾ ਉੱਥੇ ਰੇਡੀਓ ਸੁਣਿਆ? ਉੱਧਰ ਹੀ ਸੁਣਿਆ, ਇੱਧਰ ਆਣ ਕੇ ਸੁਣਿਆ। ਇੱਥੇ ਸਨ ਜੋ ਸਨ 65 ਹੋਈ ਹੈ ਨਾ ਜੰਗ। ਅੱਛਾ, ਉਦੋਂ ਵਾਲਾ ਰੇਡੀਓ ਲਿਆਂਦਾ। ਅੱਛਾ, ਤੁਸੀਂ ਜ਼ਿਆਦਾ ਕਿਹੜਾ ਪ੍ਰੋਗਰਾਮ ਸੁਣਦੇ ਰਹੇ ਹੋ? ਅਸੀਂ ਜੋ ਵੈਰਾਇਟੀ ਪ੍ਰੋਗਰਾਮ ਸੁਣੇ, ਨਿਜ਼ਾਮਦੀਨ ਵਗੈਰਾ ਸਾਰੇ। ਅੱਛਾ ਅੱਛਾ, ਨਿਜ਼ਾਮਦੀਨ ਪਸੰਦ ਸੀ? ਨਿਜ਼ਾਮਦੀਨ, ਕੈਮਦੀਨ। ਅੱਛਾ ਅੱਛਾ, ਅਤੇ ਉਹ ਸਾਰੇ ਸੁਣਦੇ ਰਹੇ ਪ੍ਰੋਗਰਾਮ ਇੱਥੇ, ਅਤੇ ਖਬਰਾਂ ਸੁਣਨੀਆਂ, ਅਤੇ ਫਿਰ ਜਦੋਂ ਅਸੀਂ ਇਸ ਮਸੀਕੀ ਦੇ ਵੈਸੇ ਜ਼ਿਹਨੀ ਤੌਰ 'ਤੇ ਖਰਾਬ ਸਨ, ਸ਼ੁਰੂ ਤੋਂ ਮਸੀਕੀ ਦੇ ਖਰਾਬ ਸਨ, ਜਦੋਂ 65 'ਚ ਜੰਗ ਖਤਮ ਹੋ ਗਈ ਨਾ, ਉਦੋਂ ਰੈਡੀਓ ਜਿਹੜਾ ਮੈਂ ਵੇਚ ਦਿੱਤਾ।
ਸਹੀ ਹਾਈ ਸਾਹਿਬ, ਜਿਸ ਟਾਈਮ ਤੁਹਾਡੀ ਸ਼ਾਦੀ ਹੋਈ ਹੈ, ਨਿਊਂਦਰਾ ਕਿੰਨਾ ਕੁ ਹੋ ਗਿਆ ਸੀ? ਸਭ ਤੋਂ ਨਿਊਂਦਰਾ ਕਿੰਨਾ ਪਿਆ ਸੀ ਸਭ ਤੋਂ ਜ਼ਿਆਦਾ? 2 ਰੁਪਈਏ ਜਿਹੜਾ ਚੰਗਾ 2 ਰੁਪਈਏ ਹੁੰਦਾ, ਜੇ ਰੁਪਈਆ ਨਿਊਂਦਰਾ ਹੁੰਦਾ ਸੀ ਕਿ ਕਈਆਂ 2 ਦੇਣਾ 2 ਰੁਪਈਏ ਲਿਆ ਵੀ 5 ਰੁਪਈਏ ਦਿੱਤੇ ਨਹੀਂ, ਅਗਰ 2 ਤੇਰੇ ਮੈਂ ਦੇਣੇ ਆ ਅਤੇ 3 ਮੇਰੇ ਗਾਉਂ ਨਹੀਂ ਦੇਖ ਲਓ ਇਸ ਤਰ੍ਹਾਂ ਕਰਕੇ ਨਿਊਂਦਰੇ ਵੀ ਉਹਨੇ ਕੀ ਹੁੰਦੀ ਉਦੋਂ, ਕਿਉਂਕਿ ਸਭ ਤੋਂ ਜ਼ਿਆਦਾ ਨਿਊਂਦਰਾ 2 ਰੁਪਈਏ 3 ਰੁਪਈਏ ਇੰਨਾ ਕੀ ਹੁੰਦਾ ਸੀ ਐਵਰੇਜ? ਨਹੀਂ ਟੋਟਲ ਇੰਨਾ ਨਹੀਂ, ਬੰਦਿਆਂ ਦੇਣਾ ਕਿ 5 ਦੇ ਦਿੱਤੇ, ਹਾਂਜੀ ਹਾਂਜੀ, ਕਿ 10 ਦੇ ਦਿੱਤੇ, ਜਿਵੇਂ ਜਿਵੇਂ ਸ਼ਾਦੀ ਤੇ ਤੁਸੀਂ ਗਏ ਹੋ, ਦੁੱਧ ਵਿੱਚ ਤੁਹਾਨੂੰ ਕੀ ਪਿਆਇਆ ਸੀ ਉਹਨਾਂ ਨੇ? ਦੁੱਧ ਦੇ ਵਿੱਚ ਦੁੱਧ ਵਿੱਚ ਸਾਦਾ ਦੁੱਧ ਹੀ ਸੀ, ਮਿੱਠਾ ਬਸ ਸਾਦਾ, ਕੋਈ ਮਲਾਈ ਸ਼ਲਾਈ ਕੋਈ ਨੀ, ਬਦਾਮ ਕੋਈ ਨੀ, ਕੋਈ ਨੀ ਬਦਾਮ ਸ਼ਦਾਮ ਕੋਈ ਨੀ ਲੱਗੇ ਉਦੋਂ? ਅੱਛਾ, ਚਲੋ ਉਹਨਾਂ ਨੂੰ ਪਤਾ ਨਾਲੇ, ਇਹਨਾਂ ਨੇ ਪਹਿਲੇ ਬਦਾਮ ਖਾ ਲਏ ਨੇ। ਇੰਡੀਆ 'ਚ ਜਿਸ ਵਕਤ ਤੁਸੀਂ ਆਏ ਹੋ, ਹਾਂਜੀ, ਤੁਹਾਡੀ ਇੱਥੇ ਸ਼ਾਦੀ ਹੋ ਗਈ, ਤੁਹਾਡੇ ਹੁਣ ਕਿੰਨੇ ਬੱਚੇ ਨੇ ਮਾਸ਼ਾਅੱਲਾ? ਬੱਚੇ ਮੇਰੇ 4 ਬੇਟੇ ਨੇ। ਅੱਛਾ, 3 ਬੇਟੀਆਂ ਨੇ। 4 ਬੇਟੇ 3 ਬੇਟੀਆਂ, ਸਹੀ। ਵੱਡਾ ਜਿਹੜਾ ਸਭ ਤੋਂ ਵੱਡਾ ਹੈ, ਉਹਨਾਂ ਦਾ ਨਾਮ ਕੀ ਜੇ? ਮੁਸ਼ਤਾਕ। ਮੁਸ਼ਤਾਕ। ਛੋਟਾ? ਤਾਰਕ ਮਹਿਮੂਦ। ਉਸ ਤੋਂ ਛੋਟੇ? ਅਸਗਰ ਸਰਦਾਰ। ਸਰਦਾਰ ਮਹਿਮੂਦ, ਮਾਸ਼ਾਅੱਲਾ। ਉਹਦੇ ਛੋਟਾ ਸਫਦਰ। ਅੱਛਾ, 4 ਬੇਟੇ। ਅੱਛਾ, ਅੱਲਾ ਜ਼ਿੰਦਗੀ ਦੇ, ਅੱਲਾ ਸਿਹਤ ਦੇਵੇ। ਅੱਗੋਂ ਕੁਦਰਤਾਂ ਨੇ ਦਾਮ ਆ, ਇੱਕ ਮੇਰੀ ਬੇਟੀ ਪਿੰਡ ਜੀ ਹੁੰਦੀ। ਅੱਛਾ, ਉਹਦੇ ਵੀ 4 ਬੱਚੇ ਨੇ ਅਤੇ 1 ਬੱਚੀ ਆ। ਅੱਛਾ, ਜਿਹੜਾ ਵੱਡਾ ਬੱਚਾ ਮਸਾ ਗਿਆ, ਉਹਦੇ ਵੀ 4 ਬੱਚੇ ਨੇ ਅਤੇ 1 ਬੱਚੀ ਆ। ਜਿਹੜਾ ਉਹਦੀ ਛੋਟਾ, ਉਹਦੇ 2 ਬੱਚੇ ਨੇ ਅਤੇ 1 ਬੇਟੀ ਆ। ਉਹਦੇ ਛੋਟਾ ਨੇ, ਉਹਦੇ 5 ਬੇਟੇ ਨੇ ਅਤੇ 2 ਬੱਚੀਆਂ ਨੇ। ਉਹਦੀ ਛੋਟੇ ਨੇ ਵੀ 4-5 ਬੇਟੇ ਨੇ, 5 ਅਤੇ 2 ਬੱਚੀਆਂ ਨੇ, ਉਹਦੀ 3 ਬੱਚੀਆਂ। ਤੁਹਾਨੂੰ ਕਿਸ ਤਰ੍ਹਾਂ ਪਤਾ ਚੱਲਿਆ ਕਿ ਇਸ ਮੁਲਕ ਦੀ ਵੰਡ ਹੋ ਗਈ ਹੈ, ਸਾਨੂੰ ਹੁਣ ਇਹ ਗਲੀਆਂ ਬਾਜ਼ਾਰ, ਇਹ ਘਰ ਦੀਵਾਰ ਬੂਹੇ ਸਭ ਕੁਝ ਛੱਡਣਾ ਪੈਣਾ? ਸਾਨੂੰ ਸਾਡੇ ਤੁਰਨ ਤੋਂ ਨਾ 2 ਦਿਨ ਪਹਿਲਾਂ ਪਤਾ ਲੱਗਾ ਸੀ। ਅੱਛਾ ਜੀ। ਈਦ ਦਾ ਦਿਨ ਸੀ, ਛੋਟੀ ਈਦ ਦਾ ਜੀ, ਉਦੋਂ ਸਾਨੂੰ ਪਤਾ ਲੱਗ ਗਿਆ ਸੀ। ਬਾਹਰ ਕਲਰ ਦੇ ਵਿੱਚ ਈਦ ਪੜੀ, 3 ਪਿੰਡਾਂ ਰਲ ਕੇ ਮੁਸਲਮਾਨ, ਅਤੇ ਚਫੇਰੇ ਦਾਇਰਾ ਬਰਸ਼ੀਆਂ ਦਾ ਬਣਿਆ ਹੋਇਆ ਸੀ, ਮੁਸਲਮਾਨ ਮੁਹਾਫਜ਼ ਖੜੇ ਸਨ, ਬਰਸ਼ੀਆਂ ਲੈ ਕੇ ਖੜੋਤੇ ਸਨ। ਉਹ ਸਿੱਖ ਦੇ ਲੜੇ ਹੁੰਦੇ ਸਨ, ਜਿਵੇਂ ਨਿਹੰਗ ਉਹਨਾਂ ਨੂੰ ਸਾਦੇ ਸਨ, ਉਹ ਕੋਈ 2 ਇੱਥੋਂ 2 ਮੁੰਡੇ ਰਾਜ ਜਾਣੇ, 2 ਉੱਥੋਂ ਰਾਜ ਜਾਣੇ, ਇਸ ਤਰ੍ਹਾਂ ਕਰਕੇ ਉਹ ਜੱਥਾ ਇੱਕ ਬਣਿਆ ਹੁੰਦਾ ਸੀ ਉਹਨਾਂ ਦਾ, 15-20 ਬੰਦਿਆਂ ਦਾ, ਘੋੜੀਆਂ ਉਹਨਾਂ ਦੇ ਕੋਲ, ਉਹਨਾਂ ਵਾਸਤੇ ਤੁਰੇ ਜਾਂਦੇ ਐਵੇਂ ਖਲੋਤਿਆਂ, ਔਰ ਰੁਮਾਲ ਥੱਲੇ ਸੁੱਟ ਦੇਣਾ ਘੋੜੀ ਤੋਂ, ਅਯਾ ਰੁਮਾਲ ਫੜਾਈ ਮੈਨੂੰ, ਉਹ ਗਾਂਹ ਤਲਵਾਰ ਮਾਰ ਕੇ ਸਿਰ ਲਾ ਦੇਣਾ। ਅੱਛਾ, ਇਸ ਤਰ੍ਹਾਂ ਦੀ ਲਾ ਕਾਨੂੰਨੀ ਹੋ ਗਈ ਸੀ। ਅੱਛਾ, ਉੱਥੇ ਇੰਡੀਆ ਦੇ ਵਿੱਚ ਉਹ ਫੇਸ ਵਾਇਸ ਨਾ ਅਸੀਂ ਚਫੇਰੇ ਨਾ ਬੰਦੇ ਘਲਿਆਰੇ ਭਜੋ ਆਏ ਅਤੇ ਉਹਨਾਂ ਨੇ ਵਾਰ ਕਰਨਾ ਅਤੇ ਬੰਦੇ ਮੁਕਾਬਲਾ ਕਰਨਗੇ। ਅੱਧਿਆਂ ਨੇ ਈਦ ਪੜ੍ਹ ਲਈ ਪਹਿਲਾਂ, ਅੱਛਾ, ਅਤੇ ਅੱਧਿਆਂ ਨੇ ਫਿਰ ਉਹ ਪਹਿਰਾ ਦੇ ਦਿੱਤਾ ਅਤੇ ਦੂਜੇ ਨੇ ਪੜ੍ਹੀ। ਈਦ ਅਗਲੇ ਦਿਨ ਵਿੱਚ ਤੁਰ ਪਏ, ਉੱਥੇ ਛੱਡ ਕੇ ਤੁਰ ਪਏ। ਸਾਨੂੰ ਇੰਨਾ ਸੀ, ਪਿੰਡਾਂ ਵਿੱਚ ਰੇਡੀਓ ਕੋਈ ਨਹੀਂ ਸੀ, ਖਬਰਾਂ ਕੋਈ ਨਹੀਂ ਸਨ, ਕਿਸਾ ਕੁਛ, ਸਾਨੂੰ ਇਹ ਸੀ ਵੀ ਅਸੀਂ ਅੱਜ ਚਲੇ ਜਾਂਦੇ ਅਤੇ 10 ਦਿਨ ਫਿਰ ਪਾਉ ਕੇ ਇੱਥੇ ਆਉਣਾ। ਐਵੇਂ ਤਾਲੇ ਮਾਰ ਕੇ ਨਾ, ਅਤੇ 2 ਦਰਿਆਏ ਦੇ ਵਿੱਚ ਚਾਬੀਆਂ ਰੱਖ ਦਿੱਤੀਆਂ, ਸਵਾਹ ਦੇ ਵਿੱਚ ਦੱਬ ਦਿੱਤੀਆਂ, ਤਾਲੇ ਮਾਰੇ, ਦੁੱਧ ਕਾੜਨੀ ਚ ਪਾ ਕੇ ਤੇ ਆਲੇ ਚ ਰੱਖ ਦਿੱਤਾ, ਦੁੱਧ ਕੋ ਪੀਤਾ ਗਿਆ ਜਾਂ ਪੀਤਾ ਗਿਆ, ਬਾਕੀ ਉਹ ਆਲੇ ਸਵਾਹ ਪਈ ਹੁੰਦੀ ਹੈ ਨਾ, ਉਹਦੇ ਵਿੱਚ ਚਾਬੀਆਂ ਦੱਬ ਦਿੱਤੀਆਂ, ਉੱਥੇ ਹੇਠ ਧਰ ਦਿੱਤੀ,
ਪਰੇਸ਼ਾਨ ਕੀਤਾ, ਕੋਈ ਮੁਕਾਬਲੇ ਸਾਡੇ ਨਹੀਂ ਆਇਆ। ਸਵੇਰੇ ਮੇਰੇ ਨਾਲ ਬਹੁਤਾ ਬੀਬੀਆਂ ਸਨ ਅਤੇ ਮੈਂ ਬੱਚੇ ਦੋ ਤਿੰਨ ਛੋਟੇ ਛੋਟੇ ਆਦਮੀ ਸਾਡੇ ਪਿੱਛੇ ਹੀ ਸਨ, ਮਾਰ ਡੰਗਰ ਲੈ ਕੇ ਤੁਰੇ ਜਾਣ ਡੇ ਆ ਅਤੇ ਬਸ ਅੱਗੇ ਉਹ ਕੋਈ ਨਾ ਸਾਡੇ ਮੁਸਲਮਾਨ ਸਨ ਅਤੇ ਉਹ ਕੁਦਰਾ ਸ਼ੇ ਸਨ। ਉਹ ਇੱਕ ਬੰਦਾ ਐਸੀ ਵੀ ਅਸੀਂ ਹਰਕਤ ਕਰਦਾ ਅਤੇ ਉਹ ਮੁਕਾਬਲਾ ਕਰ ਜਾਂਦੇ ਸਨ। ਅਸੀਂ ਵੈਸੇ ਤੁਰੇ ਗਏ, ਸਾਨੂੰ ਕਿਸੇ ਨਹੀਂ ਪੁੱਛਿਆ। ਅਸੀਂ ਉੱਥੋਂ ਆ ਗਏ ਸਿੱਧੇ ਬੱਲੀ ਗਿੱਲੀ ਪੱਤਣ 'ਤੇ ਆ ਗਏ ਹਾਂ ਅਤੇ ਪੱਤਣ 'ਤੇ ਆ ਕੇ ਬਹਿ ਗਏ ਅਤੇ ਰਾਤ ਇੰਨੀ ਬਾਰਿਸ਼ ਹੋਈ ਅਤੇ ਦਰਿਆ ਚੜ ਗਿਆ। ਉਹ ਫਿਰ ਪੱਤਣ 'ਚੋਂ ਪਾਣੀ ਬਾਹਰ ਨਹੀਂ ਆ ਗਿਆ ਅਤੇ ਦਰਿਆ ਫਿਰ ਦੂਰੋਂ ਪਾਣੀ ਸਨਾਉਣਾ ਪਿਆ। ਉੱਥੇ ਆ ਕੇ ਅਤੇ ਜਿਹੜੇ ਬੇੜੀਆਂ ਦੇ ਮਲਾਹ ਸਨ ਉਹ ਰੁਪਈਆ 100 ਨੂੰ ਦੇਣਾ ਸੀ, 100 ਕਿਸੇ ਕੋਲ ਆਉਣਾ ਵੀ ਨਹੀਂ ਸੀ। 100 ਅਸੀਂ ਤਾਂ 3 ਦਿਨ ਪਹਿਲਾਂ ਰਜਿਸਟਰੀ ਕਰਾਈ, ਸਾਰੇ ਪੈਸੇ ਹੁਣ ਜਾਣਗੇ ਉਹ ਰਜਿਸਟਰੀ 'ਤੇ ਲਾ ਤੇ। ਅੱਛਾ, ਕੋਈ ਇੱਕ ਆਦਮੀ ਸੀ ਉੱਥੇ, ਫਿਰ ਬੰਦੇ ਅਸੀਂ ਆ ਕਰਦੇ ਸਨ, ਇੱਕ ਆਦਮੀ ਉਹਨੇ ਜਾ ਕੇ ਆਖਿਆ ਰੁਪਈਆ 100 ਦੇ ਅਤੇ ਬੇੜੀਆਂ ਲਈ। ਉਹ ਫਿਰ ਸਾਡਾ ਸਾਰਾ ਡੇਰਾ ਰਹਿੰਦਾ ਸਾਨੂੰ ਲਗਾਇਆ ਉਸ 100 ਦੇ ਵਿੱਚ। ਉੱਥੇ ਉਹ ਮਾਹੀਗੀਰਾਂ ਦੇ ਘਰ ਸਨ, ਉਹ ਆ ਗਏ, ਉਹਨਾਂ ਸਾਡਾ ਮਾਲਡਿੰਗ ਜਿਹੜਾ ਉਹ ਮਛੇਰਿਆਂ ਦਾ ਕੰਮ ਕਰਦੇ ਹਾਂ ਦਰਿਆ ਨੂੰ, ਉਹਨਾਂ ਨੇ ਸਾਡਾ ਮਾਲਡਿੰਗ ਸਾਰਾ ਪਾਰ ਨਿਕਾ ਦਿੱਤਾ ਦਰਿਆ ਤੋਂ। ਅੱਛਾ, ਭੈਣੀਆਂ ਸੀ, ਭੈਣੀਆਂ ਵਿੱਚ ਉਰਲੇ ਪਾਸੇ ਇੱਧਰ ਉੱਥੇ ਜਥਾ ਪਿਆ। ਉਸਨੇ ਕਈ ਵੱਡ ਫੱਟ ਉਹਨਾਂ ਕੀਤੀ। ਜਥਾ ਕਿਹਨਾਂ ਦਾ ਪਿਆ? ਸਿੱਖਾਂ ਦਾ। ਜਥਾ ਸਿੱਖਾਂ ਦਾ। ਅੱਛਾ, ਭੈਣੀਆਂ ਦਰਿਆ ਪਾਰ ਕੀਤਾ ਤੇ ਉਹ ਭੈਣੀਆਂ ਨੇ ਪਾਸ ਕੀਤਾ। ਇੱਧਰ ਵੀ ਸਿੱਖ ਹੈ ਸਨ। ਅੱਛਾ, ਇੱਧਰ ਵਾਲੇ ਸਿੱਖਾਂ ਨੇ ਮਾਰਿਆ? ਇੱਧਰ ਸਿੱਖਾਂ ਨੇ ਪਿਆ। ਅੱਛਾ, ਉਹਨੇ ਕਈਆਂ ਨੇ ਹਮਲੇ ਕੀਤੇ ਫਿਰ ਸਾਡਾ ਪਿੰਡ ਜਿਹੜਾ ਨੇ ਸਾਰਾ ਹੀ। ਹਾਂਜੀ, ਇਹ ਮਾਸ਼ਾਅੱਲਾ ਮਫੂਜ ਆ। ਅੱਛਾ, ਉੱਥੋਂ ਫਿਰ ਨਾ ਉਹਨਾਂ ਘੋੜੀਆਂ ਜਿਹੜੀ ਲਗਾਈਆਂ ਉਹਨਾਂ ਬਾਜਰੇ ਵਿੱਚ ਬੈਠੇ ਨਾ ਅਤੇ ਉੱਥੇ ਪੈਰ ਪੂਰ ਆ ਗਏ ਕਈਆਂ ਬੀਬੀਆਂ ਦੇ ਉੱਤੇ। ਅੱਛਾ, ਘੋੜੀਆਂ ਦੇ ਫਿਰ ਵੱਜ ਪੁੱਜ ਗਈਆਂ। ਉੱਥੋਂ ਉੱਠ ਕੇ ਫਿਰ ਇਹ ਚਲੇ ਗਏ ਦੌਦ। ਅੱਛਾ, ਦੌਦ ਖਾਸ ਦੌਦ ਆ। ਹਾਂਜੀ, ਉੱਥੇ ਸਾਡੀ ਫੁੱਫੀ ਹੁੰਦੀ ਸੀ ਇੱਕ। ਅੱਛਾ, ਉਹਦੇ ਕੋਲ ਚਲੇ ਗਏ, ਉਹਦੇ ਪੁੱਤਰ ਪੱਤਰ ਤੋਂ ਬਾਬਾ ਉੱਥੇ ਉੱਥੇ ਰਿਹਾ ਕੋਈ 10 ਦਿਨ। ਉੱਥੋਂ ਉੱਠੇ ਮਲਕਪੁਰ, ਇੱਕ ਇੱਥੇ ਆ ਉਹਦਾ ਪਿੰਡ ਮਲਕਪੁਰ, ਮੀਰਪੁਰ ਦੇ ਨਾਲ ਹੀ ਮਲਕਪੁਰ ਆ ਜਾਂਦਾ, ਮਲਕਪੁਰ ਆ ਗਿਆ। ਹਾਂਜੀ, ਇੱਥੇ ਆਣ ਕੇ ਡੇਰਾ ਲਾ ਛੱਡਿਆ। ਫਿਰ ਬਾਗ ਸੀ ਬਾਗ ਨਾਲ ਬਾਰ ਬਾਰ ਬੜਾ ਵੱਡਾ ਬਾਗ ਸੀ ਅੰਬਾਂ ਦਾ। ਅੱਛਾ, ਉਹਦੇ ਵਿੱਚ ਰਾਤ ਜਿਉਂ ਮੀਂਹ ਪੈਣ ਲੱਗਾ ਨਾ 2 ਦਿਨ ਬਾਰਿਸ਼ ਹੋਈ। ਜੇ ਕਿ ਬੱਚੀ ਦਾ ਜੀਵੀ ਕੇਸ ਸੀ ਨਾ ਕਿ ਬੀਬੀ ਦਾ, ਉਹ ਫਿਰ ਪੇਟੀ ਦੇ ਵਿੱਚ ਉਹਨੂੰ ਦਬਾਅ ਕਰਕੇ ਅਤੇ ਉਹਦੇ ਪੇਟੀ ਵਿੱਚ ਵੀ ਪਜਾਇਸ਼ ਹੋਈ। ਇਸ ਤਰ੍ਹਾਂ ਦੇ ਕੇਸ ਸਾਡੇ ਉੱਥੇ ਹੋਏ ਬਾਗ ਦੇ ਵਿੱਚ। ਉੱਥੋਂ ਫਿਰ ਬਾਗ ਪਾਣੀ ਹਟਿਆ ਅਤੇ ਉੱਠੇ ਤੇ ਪਿੰਡ ਚਲੇ ਗਏ। ਪਿੰਡ ਉਹ ਘੁਮਿਆਰਾਂ ਦਾ ਘਰ ਸੀ, ਬਾਬਾ ਖੁੱਲ੍ਹਾ ਜਿਹਾ, ਉੱਥੇ ਬੈਠੇ ਜਾ ਕੇ ਅਤੇ ਉਹਨਾਂ ਨੇ ਘੁਬਾਇਆ ਪੋਰ। ਫਿਰ ਉਹ ਆਖਣ ਲੱਗੇ ਜਥਾ ਪੈ ਗਿਆ, ਤੁਸੀਂ ਇੰਨੇ ਕੁਛ ਚਲੇ ਤੂੰ, ਅਸੀਂ ਪਨਾਹ ਨਹੀਂ ਦੇ ਸਕਦੇ। ਮਤਲਬ ਕਿ ਇੱਥੇ ਪਾਕਿਸਤਾਨ ਜਿਸ ਟਾਈਮ ਆ ਵੀ ਗਏ, ਇੱਥੇ ਵੀ ਸਿੱਖ ਹਮਲਾ ਕਰਦੇ ਸੀ? ਇੱਥੇ ਹਮਲਾ ਕਰ। ਅੱਛਾ, ਇੱਥੇ ਫਿਰ ਇਸ ਤਰ੍ਹਾਂ ਕਰਕੇ ਇੱਕ ਪਿੰਡ ਹੁੰਦਾ ਸੀ ਧਿਆਨਪੁਰ। ਅੱਛਾ, ਉਹ ਪਤਾ ਨਹੀਂ ਉਹ ਹੀ ਪਾਕਿਸਤਾਨ 'ਚ ਪਤਾ ਨਹੀਂ ਕਿਹੜਾ ਕਿੱਥੇ ਉਹ, ਅਤੇ ਉਹ ਮਲਕਪੁਰ ਜਿਹੜਾ ਪਿੰਡ ਸੀ ਨਾ ਉੱਥੇ ਹੀ ਰਹੇ 3 ਦਿਨ। ਫਿਰ ਅੱਛਾ, ਉੱਥੇ ਇੱਕ ਸਕੂਲ ਸੀ ਬੜਾ ਵੱਡੀਆ ਅਤੇ ਉਹਦੇ ਵਿੱਚ ਸਟੇਸ਼ਨਰੀ ਸਾਰੀ ਪਈ ਸੀ ਉਸ ਤਰੀਕੇ ਦੇ ਪੂਰੀ ਜੀ। ਮੈਂ ਪੜ੍ਹਦਾ ਹੀ ਹੁੰਦਾ, ਮੈਨੂੰ ਕੋਈ ਦਿਲਚਸਪੀ ਉਹਦੇ ਉਸ ਸਕੂਲੇ ਜਾ ਵੜੇ
ਅਤੇ ਉਹ ਬੜੀ ਸਟੇਸ਼ਨਰੀ ਸਾਰੀ ਖਰੀਦੀ ਪਈ। ਉੱਥੋਂ ਫਿਰ ਉੱਠੇ ਤਾਂ ਇਸ਼ਦਰੇ ਆ ਗਿਆ ਚੌਕ ਦੇ ਵਿੱਚ, ਜਦੋਂ ਰਾਜ ਬੈਠਿਆ ਨਾ ਸਿੱਧਾ ਇੱਕ ਪਿੰਡ ਆਉਂਦਾ। ਹਾਂਜੀ ਬਿਲਕੁਲ ਸਿੱਧਾ ਨਹੀਂ ਆਉਂਦਾ, ਸਿੱਧਾ ਹੀ ਚੜ੍ਹਦੇ ਬੰਦੇ ਕਲਰ ਇਸ ਜ਼ਮੀਨ। ਹਾਂਜੀ ਉਹ ਕਲਰ ਦੇ ਵਿੱਚ ਸਾਡਾ ਮਾਲ ਡੱਗਰ ਦਾ ਕੈਂਪ ਸੀ। ਅੱਛਾ। ਤਿੰਨ ਦਿਨ ਉੱਥੇ ਰਿਹਾ। ਨਹਿਰ ਜਿਹੜੀ ਬੀ ਆਰ ਸੀ ਦੇ ਕਿਨਾਰੇ ਨੂੰ ਚੜ੍ਹਦੇ ਪਾਸੇ, ਹਾਂਜੀ ਇਹ ਨਹਿਰ ਜਿਹੜੀ ਹੈ ਸੁੱਕੀ ਸੀ। ਅੱਛਾ। ਉਂਝ ਅਸੀਂ ਪਾਣੀ ਉਦੋਂ ਵੀ ਖਲੋਤੀ ਹੀ ਰਹਿੰਦਾ ਸੀ। ਅੱਛਾ। ਬੱਚੇ ਡੁੱਬ ਜਾਂਦੇ ਸਨ ਉਹਦੇ ਵਿੱਚ ਖਲੋਤੇ। ਸਵੇਰ ਨੂੰ ਬਹੁਤ ਤੁਰੇ ਬਦੋਮਲੀ ਜਿਹੜਾ ਪਿੰਡ ਹੈ ਨਾ, ਇੱਥੇ ਕਤਲੇਆਮ ਸ਼ੁਰੂ ਹੋ ਗਈ। ਮੁਸਲਮਾਨ ਪਏ ਇੱਥੇ, ਪਰ ਸਾਨੂੰ ਤੂੰ ਦਰਸਾ ਵੱਢਣ ਡਿਆ, ਤੂੰ ਇਹਨਾਂ ਨੂੰ ਹਿੰਦੂਆਂ ਨੂੰ ਸਿੱਖਾਂ ਨੂੰ ਰੱਖਿਆ ਇੱਥੇ। ਇੱਥੇ ਮੁਸਲਮਾਨ ਪਿਆ ਇਕੱਠੇ ਹੋ ਗਏ, ਇਹਨਾਂ ਫਿਰ ਬੜੀ ਕਤਲੇਆਮ ਕੀਤੀ। ਉਸ ਬਦੋਮਲੀ ਦੇ ਵਿੱਚ ਦੋ ਖੂਹ ਸਨ। ਹਾਂਜੀ। ਉਹ ਖੂਹਾਂ ਦੇ ਵਿੱਚ ਜਿਹੜੇ ਨੌਜਵਾਨ ਲੜਕੀਆਂ ਨੇ ਖਤਰਾ ਨੇ, ਫਿਰ ਬਦੋਮਲੀ ਸ਼ਹਿਰ ਸਾਰਾ ਸਿੱਖੀ ਹਿੰਦੂਆਂ ਦਾ ਸੀ। ਬੀਬੀਆਂ ਛਾਲਾਂ ਬਾਹਰ ਵਸਾਈ, ਇਹਨਾਂ ਦੇ ਹੱਥੀ ਨਾ ਆਈਏ ਮੁਸਲਿਆਂ ਦੇ। ਇੱਥੋਂ ਤੱਕ ਨੋਈ ਸੀ ਫਿਰ ਸਿਰ ਤੱਕ ਖੂਹ ਬੀਬੀਆਂ ਨਾਲ ਭਰ ਗਿਆ। ਅੱਛਾ। ਇਹ ਜਿਹੜੀਆਂ ਡੁੱਬ ਗਈਆਂ ਮਰ ਗਈਆਂ, ਉਹਦੀਆਂ ਦੱਬੀਆਂ ਗਈਆਂ, ਛਾਲਾਂ ਖੂਹ 'ਚ ਮਾਰੀ ਗਈਆਂ, ਫਿਰ ਇਹਨਾਂ ਦੇ ਹੱਥੀ ਨਾ ਆਈਏ। ਇਸ ਤਰ੍ਹਾਂ ਕਰਕੇ ਬੜਾ ਉਹ ਅਸ਼ਰ ਵੇਖਿਆ। ਸਵੇਰ ਨੂੰ ਫਿਰ ਅਸੀਂ ਉੱਠ ਕੇ ਤੁਰੇ ਜੇ, ਰਾਤ ਨਹਿਰ ਵੀ ਆ ਗਈ ਬੀ ਆਰ ਬੀ, ਅਤੇ ਸਵੇਰੇ ਤੁਰ ਪਿਆ ਸਾਡਾ ਕੰਮ ਕਾਫਲਾ ਇੱਧਰ ਬਾਰਡਰ ਅੱਗੇ ਲਾ ਲਿਆ। ਯਕੀਨ ਕਰੋ ਜਿਹੜੇ ਮੁਰਦੇ ਹਨ ਉਹਦੇ ਅਸਰ, ਉਹਦੀ ਛੱਤ ਪਈ ਸਾਰੀ ਤਹਿਰ ਉੱਤੇ ਪਾਣੀ ਉੱਤੇ, ਇਹ ਕਿਨਾਰੇ ਕਿਨਾਰੇ ਤੁਰੇ ਤੈਰਦੇ ਪਏ ਨੇ, ਫੁੱਲੇ ਪਏ ਨੇ। ਇੰਨੇ ਮੁਰਦੇ ਸਨ, ਕਿਹਦਾ ਸਿਰ ਨਾਲ ਹੈਗਾ ਸੀ, ਕਿਹਦਾ ਨਹੀਂ ਸੀ, ਕਿਹਦੀ ਲੱਤ ਨਹੀਂ, ਕਿਹਦੀ ਬਾਂਹ ਨਹੀਂ, ਕਿਹੜੇ ਅਤੇ ਇਹ ਤਮੀਜ਼ ਕੋਈ ਨਹੀਂ। ਮੁਸਲਮਾਨ ਮੁਸਲਮਾਨ ਨੇ ਸਿੱਖ ਨੇ ਗੈਰ ਮੁਸਲਮਾਨ, ਇਨਸਾਨੀਅਤ ਦਾ ਕਤਲੇਆਮ ਹੈ ਸੀ। ਇਨਸਾਨੀਅਤ ਦਾ ਅਸਲ ਗੱਲ ਹੈ ਕਿ ਇਨਸਾਨੀਅਤ ਦਾ ਕਤਲੇਆਮ ਹੈ, ਇਨਸਾਨੀਅਤ ਦਾ ਕਤਲੇਆਮ ਸੀ। ਸੁਭਾਨ। ਇਹ ਉੱਥੇ ਤਮੀਜ਼ ਨਹੀਂ ਦੇਖੀ ਅਸਾਂ, ਫਿਰ ਮੁਸਲਮਾਨ ਨੇ ਸਿੱਖ ਨੇ ਬਸ ਇਸ ਤਰ੍ਹਾਂ ਦੱਸਿਆ। ਮੈਂ ਆਪਣੀ ਅੱਖਾਂ ਨਾਲ ਵੇਖੀਆ ਇਸ ਤਰ੍ਹਾਂ ਸ਼ਾਮ ਪਈ ਸੀ। ਆ ਇੱਥੇ ਬੱਚੇ ਨੂੰ 14 ਅਗਸਤ ਦੇ ਛੁਰੀਆਂ ਪਟਾਕੇ ਚਲਾ, ਖੁਸ਼ੀਆਂ ਕਰ 14 ਅਗਸਤ 'ਤੇ, ਅਤੇ ਮੈਂ ਕਿਹਾ ਤੁਸਾਂ ਬਾਹਰ ਮੰਜ ਗਿਆ, ਮੈਂ ਤੁਸਾਂ ਪਾਕਿਸਤਾਨ ਬਣਿਆ ਵੇਖਿਆ, ਤੁਹਾਨੂੰ ਬਣਦਾ ਨਹੀਂ, ਅਤੇ ਨਾਲ ਅੱਖਾਂ ਦੇ ਵਿੱਚੋਂ ਆਂਸੂ ਜਿਹੜਾ ਸੀਨ ਹੁੰਦਾ, ਆਂਸੂ ਜਾਰੀ ਹੋ ਜਾਂਦੇ ਨੇ। ਇਨਸਾਨੀਅਤ ਦਾ ਕਤਲ ਵੇਖ ਕੇ, ਇਹ ਤਮੀਜ਼ ਨਹੀਂ ਸਿੱਖਾਂ ਦਾ ਕਤਲ ਸੀ, ਮੁਸਲਿਮ ਦਾ ਜੀ ਗੈਰ ਮੁਸਲਿਮ, ਇਨਸਾਨੀਅਤ ਦਾ ਕਤਲ ਵੇਖ ਕੇ ਨਾ, ਅਤੇ ਅੱਖਾਂ 'ਚ ਪਾਣੀ ਅੱਜ ਵੀ ਆ ਜਾਂਦਾ 14 ਅਗਸਤ ਦੇ ਉੱਤੇ। ਫਿਰ ਅਸੀਂ ਸ਼ਦਰੇ ਇੱਥੇ ਚੌਂਕ ਦੇ ਵਿੱਚ, ਜਿੱਥੇ ਹੁਣ ਚੌਂਕ ਬਣਿਆ, ਉਹ ਬ੍ਰਿਜ ਬਣਿਆ, ਕੀ ਬਣਿਆ ਉੱਥੇ ਹੁਣ, ਇਹ ਬੜੇ ਖਜੂਰਾਂ ਦੇ ਬੂਟੇ ਹੈਗੇ ਸੀ, ਬੜੀ ਦੇਰ ਤੱਕ ਰਹੇ ਜੀ ਉਹ ਖਜੂਰਾਂ ਦੇ ਬੂਟੇ, ਉੱਥੇ ਉਹ ਵੇਚ ਹੀ ਸਨ, ਉੱਥੇ ਥੱਲੇ ਬਹਿ ਰਹੇ। ਉੱਥੇ ਸਾਨੂੰ ਇਹਦੇ ਨਾਲ ਚੌਲ ਲਿਆ ਕੇ ਦਿੱਤੇ ਕਿ ਕੈਂਪ ਦੇ ਵਿੱਚ ਪਿੱਛੇ ਨਹੀਂ ਕਿ ਦਿਖਾਓ ਜੀ, ਉਹਨਾਂ ਖੜੇ ਕਿ ਉਹਨਾਂ ਪੁਰਾਣੇ ਸਮੈਲ ਵਿੱਚ ਆਵੇ, ਇੱਥੇ ਰੇਲ ਲੈ ਅਤੇ ਬਸ ਆਹ ਮੁਰਖੀ ਨਹੀਂ ਖਾਧੀ। ਉਹਨਾਂ ਚਲੋ ਸਹੀ ਤਦਾਮੋ ਨੇ ਸਾਡੇ ਰਿਸ਼ਤੇਦਾਰ ਨੇ ਫੁੱਫੀ ਦੇ ਪੁੱਤਰ ਉਹ ਚਲੇ ਗਏ, ਉਹਨਾਂ ਜਾ ਕੇ ਅਤੇ ਗੱਡੇ ਵੀ ਉੱਥੇ ਲੈ ਗਏ, ਸਾਡਾ ਸਮਾਨ ਉੱਥੇ ਲੱਦਿਆ, ਸਾਰੇ ਬੱਚਿਆਂ ਨੂੰ ਉੱਥੇ ਲੱਦਿਆ, ਅਤੇ ਆ ਗਿਆ ਸ਼ਿਵਪੁਰੇ ਇੱਥੇ ਦਾਮੂ ਨੇ, ਆਹ ਨਾਲ ਪਿੰਡ ਹੈ ਦਾਮੂ ਨੇ, ਇੱਥੇ ਆ ਗਿਆ। ਅਤੇ ਸ਼ਹਿਰ ਦੇ ਵਿੱਚ ਨਾ ਹਸਪਤਾਲ ਦੇ ਵਿੱਚ ਸਿੱਖ ਜਿਹੜੇ ਹਨ ਉਹ ਮੱਝਾਂ ਮੁੱਝਾਂ ਚਾਰਦੇ ਫਿਰਦੇ ਹਨ, ਕਾਹ ਆਮ ਸੀ ਅਤੇ ਪੱਗਾਂ ਉਹਨਾਂ ਵਧੀਆਂ। ਆਹ ਜਿਹੜੀ ਜਨਾਹ ਭਰ ਗਿਆ ਨਾ, ਇਹਨੂੰ ਅੱਗ ਸਾਡੇ ਤੋਂ ਆਉਣ ਦੇ 3 ਦਿਨ ਬਾਅਦ ਲੱਗੀ। ਅੱਛਾ। ਅਸੀਂ ਯਾਨੀ ਉਹ ਬਹੁਤ ਰੌਲਾ ਕੋਲ ਪੈਣ ਤੋਂ ਪਹਿਲੇ ਆ ਗਏ। ਅੱਛਾ। ਸਟਾਰਟ ਦੇ ਵਿੱਚ ਤੁਸੀਂ ਆ ਗਏ ਇਬਤਦਾਈ ਦਿਨਾਂ 'ਚ। ਆਹੋ ਠੀਕ ਹੈ। ਅਤੇ ਬਾਕੀ ਉਹ ਇਹ ਜਿਹੜਾ ਜਨਾਹ ਪਾਰਕ ਹੈ ਨਾ, ਇਹਨੇ ਫਿਰ ਇੱਥੇ ਇਲਾਕਾ ਜਨਾਹ ਪਾਰਕ ਸਾਰੀ
ਸ਼ਿਵਪੁਰੀ ਹਿੰਦੂਆਂ ਦੀ ਸੀ। ਇਹ ਸਾਰੀ ਜਿਹੜਾ ਪਾਰਕ ਨੂੰ ਅੱਗ ਲਾਈ ਇਹਨਾਂ ਨੇ ਤੇ ਬੜਾ ਕੀ ਬੋਤਲ ਮਾਰਦੇ ਕਾਂਧੇ ਤੇ ਅੱਗ ਲੱਗ ਜਾਂਦੀ। ਮਿਆਰਤ ਕਾਰਨ ਹੈ ਕਿ ਹਿੰਦੂ ਜਾਂ ਸਿੱਖ ਆਪਣੇ ਘਰ ਛੋੜ ਕੇ ਇੰਡੀਆ ਦੀ ਤਰਫ ਚਲੇ ਗਏ ਨੇ ਜਾਂ ਉਹ ਜਾ ਰਹੇ ਨੇ, ਹਾਂਜੀ ਸਭ ਕੁਛ ਛੱਡ ਗਏ ਨੇ, ਆਪਣਾ ਸੋਨਾ ਆਪਣਾ ਮਾਲ ਜੋ ਪੈਸਾ ਹਰ ਚੀਜ਼ ਇੱਥੇ ਛੋੜ ਗਏ ਨੇ। ਪਤਾ ਵੀ ਸਾਨੂੰ ਕਿ ਇਹਨਾਂ ਨੇ ਮੁੜ ਕੇ ਤੇ ਇਹਦੇ ਵਾਰਸ ਬਣਨਾ ਨਹੀਂ ਗਾ, ਇਹ ਤਾਂ ਸਾਡੇ ਵਾਸਤੇ ਹੈ। ਫਿਰ ਅੱਗ ਲਾਉਣ ਦਾ ਕੀ ਮਕਸਦ ਹੁੰਦਾ? ਅੱਗ ਇਹ ਨਹੀਂ ਲਾਉਂਦੇ, ਅੱਗ ਉਹਦੇ ਨਾਲ ਉਹ ਸਿੱਖ ਹਿੰਦੂ ਵਿੱਚ ਬੈਠੇ ਉਹਨਾਂ ਮਕਾਨਾਂ ਦੇ, ਜੀ ਜੀ ਉਹਨਾਂ ਨੇ ਜਾ ਕੇ ਨਾਲੇ ਲੁੱਟਣਾ ਤੇ ਮਕਾਨ ਸਾੜਨੇ ਤੇ ਉਹਨਾਂ ਨੇ ਸਾੜਨਾ। ਨਹੀਂ ਇੱਧਰ ਤੇ ਮੁਸਲਮਾਨ ਹੀ ਲਾਉਂਦੇ ਰਹੇ, ਮੁਸਲਮਾਨ ਵੀ ਕਰਦੇ ਸਨ, ਮੁਸਲਮਾਨ ਹੀ ਲਾਉਂਦੇ ਰਹਿੰਦੇ। ਇਹਨਾਂ ਕੀਤਾ ਉਦੋਂ ਜਦੋਂ ਉੱਧਰ ਤਬਾਹੀਆਂ ਫੋੜ ਦਿੱਤੀਆਂ ਇੰਡੀਆ ਦੇ ਵਿੱਚ, ਇੰਡੀਆ ਉੱਧਰ ਮੁਸਲਮਾਨਾਂ ਨੂੰ ਮਾਰਿਆ ਕਤਰੇਆਮ ਨੂੰ ਆਮ ਕੀਤੀ ਤੇ ਇੱਥੇ ਆਣ ਕੇ ਤੇ ਉਹਨਾਂ ਨੇ ਪਿੱਟੇ ਵੀ ਤੁਸੀਂ ਇੱਥੇ ਬੈਠੇ ਰਹੋ, ਸਾਨੂੰ ਤਾਂ ਛੱਡਿਆ ਕੋਈ ਨਹੀਂ। ਫਿਰ ਇਹਨਾਂ ਨੇ ਕਤਰੇਆਮ ਕੀਤੀ ਸਿਖਾ ਤੇ 14 ਅਗਸਤ ਤੇ ਜਾਂ 23 ਮਾਰਚ ਤੇ ਇਹ ਜਿਹੜੇ ਹੱਲੇ ਗੁੱਲੇ ਕਰਦੇ ਉਹਨਾਂ ਵਾਸਤੇ ਕੋਈ ਮੈਸੇਜ ਦੇ ਦਿਓ। ਅਗਰ ਇਹਨਾਂ ਨੇ ਪਾਕਿਸਤਾਨ ਬਣਦਾ ਵੇਖਿਆ ਹੁੰਦਾ ਨਾ ਤੇ ਹੱਲੇ ਗੁੱਲੇ ਨਾ ਕਰਦੇ। ਪਾਕਿਸਤਾਨ ਦੀ ਕਦਰ ਹੁੰਦੀ ਇਹਨਾਂ ਨੂੰ, ਇਹਨਾਂ ਨੂੰ ਪਾਕਿਸਤਾਨ ਦੀ ਨਕਦਰੀ ਜਾਂ ਕਦਰ ਕੋਈ ਨਹੀਂ। ਅਸੀਂ ਤਾਂ ਵੇਖਿਆ ਜਿਉਂ ਇੱਥੇ ਆਏ ਹਾਂ ਨਾ ਇਹੋ ਹਿਸਾਬ ਹੀ ਆ, ਕੋਈ ਦਿਲਚਸਪੀ ਕਿਸੇ ਨੂੰ ਨਹੀਂ ਹੈਗੀ। ਜੇ ਹੈਗੀ ਆ ਕਿਸੇ ਨੂੰ ਉਹ ਬੈਕਵਰਡ ਜਿਹੇ ਇਲਾਕੇ 'ਚ, ਜਿਹੜੇ ਫਰੰਟ ਲਾਈਨ 'ਤੇ ਨੇ ਉਹਨਾਂ ਨੂੰ ਦਿਲਚਸਪੀ ਹੈ ਕੋਈ ਨਹੀਂ, ਉਹਨਾਂ ਨੂੰ ਸਿਰਫ ਆਪਣੀ ਜਾਤ ਨਾਲ ਦੇ। ਜਿਸ ਵਕਤ ਤੁਸੀਂ ਕੰਪੈਰੀਜ਼ਨ ਕਰਦੇ ਹੋ ਦੇਖਦੇ ਹੋ ਅੱਜ ਦਾ ਮਾਹੌਲ, ਅੱਜ ਦਾ ਇਨਸਾਨ, ਉਹਦੇ ਇਨਸਾਨਾਂ ਦੇ ਵਿੱਚ ਮੁਸਲਮਾਨ ਵੀ ਆ ਜਾਂਦਾ, ਹਿੰਦੂ ਵੀ ਆ ਜਾਂਦਾ, ਸਿੱਖ ਵੀ ਆ ਜਾਂਦਾ, ਈਸਾਈ ਵੀ ਆ ਜਾਂਦਾ, ਇਨਸਾਨੀਅਤ ਹੀ ਹੋ ਜੀ। ਹਾਂਜੀ ਅੱਜ ਦਾ ਇਨਸਾਨ ਮੁਖਲਸ ਹੈ ਜਾਂ ਅੱਜ ਤੋਂ 75 ਸਾਲ ਪਹਿਲੇ ਵਾਲੇ ਇਨਸਾਨ ਦੇ ਅੰਦਰ ਇਖਲਾਸ ਸੀ, ਪਿਆਰ ਸੀ, ਦੋਨਾਂ ਦੇ ਅੰਦਰ ਕੀ ਇਖਲਾਕ ਤੇ ਪਿਆਰ ਉਦੋਂ ਇੰਨਾ ਸੀ, ਮੁਹੱਬਤ ਇੰਨੀ ਸੀ, ਦਿਲਚਸਪੀ ਸੀ, ਹਮਦਰਦੀ ਬੜੀ ਸੀ। ਉਹ ਇੱਥੇ ਸ਼ਿਰਕ ਦੇ ਉੱਤੇ ਇੱਕ ਬੰਦੇ ਨੂੰ ਕਿਸੇ ਨੂੰ ਸੱਟ ਲੱਗ ਜਾਏ ਨਾ ਤੇ ਜਿਹੜਾ ਬੰਦਾ ਆਉਣਾ ਉਹਨੇ ਵੇਖ ਕੇ ਜਾਣਾ, ਉਹਨੂੰ ਪਾਣੀ ਛਾਣੀ ਪੁੱਛ ਕੇ ਜਾਣਾ, ਉਹਦੀ ਤਿਮਾਰਦਾਰੀ ਕਰਕੇ ਜਾਣੀ ਆ। ਹੁਣ ਤਾਂ ਅੱਜ ਦਾ ਇਨਸਾਨ ਤਾਂ ਵੇਖ ਲਓ ਤੇ ਅਖਲਾਕ ਵੇਖ ਲਓ, ਸ਼ਿਰਕ ਦੇ ਬੰਦੇ ਮੂਹੇ ਪਿਆ ਤਾਂ ਮੂੰਹ ਹੀ ਵੇਖਣ ਦੀ ਰਾਜੀ, ਭਾਵੇਂ ਆਪਣਾ ਹੀ ਹੋਵੇ, ਬਗਾਨਾ ਖਲੋਣਾ ਮੁਨਾਸਬ ਕੋਈ ਨਹੀਂ ਸਮਝਦਾ। ਜੇਕਰ ਖਲੋਂਦੇ ਨੇ ਤੇ ਮੋਬਾਈਲ ਲੈ ਕੇ ਉਹਦੀ ਵੀਡੀਓ ਬਣਾਉਂਦੇ ਨੇ, ਉਹਨੂੰ ਉਠਾ ਕੇ ਹਸਪੀਟਲ ਲੈ ਜਾਂਦੇ। ਹਸਪਤਾਲ ਕਿੱਥੇ ਖੜਦੇ, ਕੋਈ ਇਕੱਲਾ ਬੰਦਾ ਜਿਹਨੂੰ ਅੱਲਾਹ ਤਾਲਾ ਨੇ ਬੜੀ ਇਮਾਨ ਦੀ ਰੱਖੀ ਦਿੱਤੀ ਉਹ ਹਸਪਤਾਲ ਕੇ ਲੈ ਜਾਂਦਾ, ਨਹੀਂ ਤੇ ਉਹਦੇ ਜੇਬਾਂ ਹੀ ਖੋਲਣਗੇ ਤੇ ਆਪ ਨਿਕਲ ਜਾਣਗੇ। ਇਹ ਮੁਸਲਮਾਨ ਦਾ ਵੀ ਇਹੀ ਹਾਲ ਹੋ ਗਿਆ, ਇਹੀ ਹਾਲ ਹੋ ਗਿਆ। ਉਸ ਵਕਤ ਇਹ ਚੀਜ਼ ਜਿਹੜੀ ਆ ਉਹ ਬਿਲਕੁਲ, ਉਦੋਂ ਚੋਰੀ ਕੋਈ ਨਹੀਂ ਸੀ, ਨਹੀਂ ਚੋਰੀ ਬੇਈਮਾਨੀ ਕੋਈ ਨਹੀਂ ਸੀ, ਚੋਰੀ ਹੈ ਸੀ ਜਿਹੜੀ ਹੁੰਦੀ ਸੀ। ਹਾਂਜੀ ਚੋਰੀ ਇਹ ਹੁੰਦੀ ਸੀ, ਚੋਰ ਆ ਗਏ ਨੇ ਸਨ ਲਾ ਲਈ ਉਹਨਾਂ ਨੇ, ਹਾਂਜੀ ਤੇ ਜਿਸ ਵੇਲੇ ਤੇ ਉਹ ਆਪਣਾ ਸਨ ਲਾ ਲਈ, ਬੱਚਾ ਵੀ ਉੱਠ ਬੈਠਾ ਨਾ ਉਹ ਨੱਠ, ਪਤਾ ਲੱਗਿਆ ਉਹ ਘਰ ਦੇ ਉੱਠ ਬੈਠੇ ਨੇ, ਉਹ ਦੌੜ ਗਏ। ਮਾਲ ਦੇ ਡਾਕੂ ਸਨ, ਇੱਜ਼ਤ ਦੇ ਡਾਕੂ ਨਹੀਂ ਸਨ, ਇੱਜ਼ਤ ਦੇ ਡਾਕੂ ਨਹੀਂ ਸਨ ਤੇ ਮਾਲ ਦੇ ਵੀ ਡਾਕੂ ਨਹੀਂ ਸਨ, ਚੋਰ ਸਨ ਮਾਲ ਦੇ। ਨਹੀਂ ਉਹੀ ਕਿਹਾ ਜਾ ਸਕਦਾ ਕਿ ਚਲੋ ਮਤਲਬ ਇੱਜ਼ਤ ਦੇ ਡਾਕੂ ਨਹੀਂ ਸਨ ਹੈਗੇ, ਨਹੀਂ ਚੋਰ ਵੀ ਉਸ ਵਕਤ ਦਾ ਬਦਮਾਸ਼ ਵੀ ਡਾਕੂ ਵੀ ਜਿਹੜਾ ਸੀ ਉਹ ਇੱਜ਼ਤ ਦਾ ਭਾਈਵਾਲ, ਇੱਜ਼ਤ ਦੇ ਸਨ। ਹੁਣ ਜਿਹੜਾ ਇੱਜ਼ਤ ਦਾ ਭਾਈਵਾਲ ਕੋਈ ਨਹੀਂ, ਖਵਾ ਮੁਸਲਮਾਨ ਨਹੀਂ ਕੋਈ ਨਹੀਂ, ਖਵਾ ਗੈਰ ਮੁਸਲਮਾਨ, ਕੋਈ ਤਮੀਜ਼ ਨਹੀਂ ਹੈਗੀ। ਹੁਣ ਤਾਂ ਜਿਹਦੀ ਧੀ ਹੈ ਉਹਦੀ ਧੀ ਹੈ, ਜਿਹਦੀ ਭੈਣ ਹੈ ਉਹਦੀ ਭੈਣ। ਸਾਡੇ ਪਿੰਡ ਦੇ ਇਹ ਹਿਸਾਬ ਹੁੰਦਾ ਵੀ ਕੋਈ ਪਿੰਡ ਦਾ ਜਵਾਈ ਭਾਈ ਹੁੰਦਾ ਸੀ ਨਾ ਤੇ ਉਹ ਪਤਾ ਲੱਗੇ ਤੁਰਿਆ ਆਉਂਦਾ ਤੇ ਕੋਈ ਜਿਹੜੀ ਘੋੜੀ ਦਾ ਸਾਧਨ ਹੈ ਉਹ ਘੋੜੀ 'ਚ ਚੜਾ ਕੇ ਲਿਆਉਣਾ, ਪਿੰਡ ਦਾ ਜਵਾਈ ਯਾਰ ਤੁਰਿਆ ਆਉਣ ਡਿਆ, ਇਹ ਪਿੰਡ ਦੀ ਇਹ ਤੁਰੀ ਆਉਣ ਡੀ ਉਹਦੀ ਘੋੜੀ 'ਚ ਚੜਾ ਕੇ ਲਿਆ। ਇਹੀ ਆਪਾਂ ਸਨ ਅਤੇ ਹਮਦਰਦੀਆਂ ਸਨ। ਹੁਣ ਹਮਦਰਦੀ ਵੀ ਖਤਮ ਹੋ ਗਈ ਆ, ਹਯਾ ਵੀ ਜਿਹੜੀ ਨੇੜੇ ਲੱਗ ਗਈ ਹੈ ਅਤੇ ਹਮਦਰਦੀ ਦਾ ਤਾਂ ਨਾਮ ਨਿਸ਼ਾਨ ਹੀ ਉੱਡ ਗਿਆ, ਕਿਸੇ ਨੂੰ ਕਿਸੇ ਨਾਲ ਹਮਦਰਦੀ ਨਹੀਂ। ਬਹੁਤ ਬਹੁਤ ਸ਼ੁਕਰੀਆ, ਅੱਲਾਹ ਤਾਲਾ ਤੁਹਾਨੂੰ ਜਜ਼ਾਏ ਖੈਰ ਦੇ।
ਜ਼ਿੰਦਗੀ 'ਚ ਬਰਕਤ ਦੇ, ਸਿਹਤ ਦੇਵੇ, ਬੜੀਆਂ ਅੱਛੀਆਂ ਗੱਲਾਂ ਕੀਤੀਆਂ ਨੇ। ਅਤੇ ਜਿਹੜੇ ਦੋਸਤ ਸਾਡੇ ਵੀਡੀਓ ਦੇਖ ਰਹੇ ਨੇ ਉਹਨਾਂ ਅੱਗੇ ਰਿਕੁਐਸਟ ਹੈ ਕਿ ਬਜ਼ੁਰਗਾਂ ਦਾ ਜਿਹੜਾ ਪਿੰਡ ਸੀ ਉਹ ਸੁਣਿਆ ਕਿ ਉੱਥੋਂ ਦੀ ਨਹਿਰ ਗੁਜ਼ਰ ਗਈ ਹੈ ਜਿਹੜੀ ਰਾਜਸਥਾਨ ਜਾਂ ਇਸ ਇਲਾਕੇ ਨੂੰ ਸ਼ਰਾਬ ਕਰਦੀ ਅੱਗੇ ਜਾਂਦੀ ਹੈ। ਬਹਰਹਾਲ ਫਿਰ ਵੀ ਪਿੰਡ ਕਾਫੀ ਬੜਾ ਸੀ, ਕੁਛ ਯਾਦਾਂ ਇਹਨਾਂ ਦੀਆਂ, ਜਿੱਧਰ ਇਹਨਾਂ ਦਾ ਖੂਹ ਵਗੈਰਾ ਸੀ ਉਹਦੇ ਨਾਲ ਵਿਵਸਥਾ ਨੇ, ਕੁਛ ਇਹਨਾਂ ਦਾ ਸਕੂਲ ਜਿਹੜਾ ਸੀ ਲਾਗੇ ਇਹਨਾਂ ਨੇ ਦੱਸਿਆ ਉਹਦੇ ਨਾਲ ਵੀ ਵਿਵਸਥਾ ਨੇ। ਅਤੇ ਇਹ ਤੁਹਾਡੇ ਅੱਗੇ ਰਿਕੁਐਸਟ ਹੈ ਇਹਨਾਂ ਦਾ ਜਿਹੜਾ ਨਾ ਉਹ ਇਹਨਾਂ ਨੂੰ ਪਿੰਡ ਜਿਹੜਾ ਨਾ ਉਹ ਦਿਖਾ ਦੇਣਾ, ਕਿਉਂਕਿ ਸਾਰੇ ਉਸ ਗਾਉਂ ਦੇ ਵਿੱਚ ਮੁਸਲਮਾਨ ਹੀ ਰਹਿੰਦੇ ਸਨ ਤਾਂ ਸਾਰੇ ਦੇ ਸਾਰੇ ਹਿਜਰਤ ਕਰਕੇ ਇੱਧਰ ਆ ਗਏ, ਹੁਣ ਮੁਸਲਮਾਨ ਕੋਨੀ, ਲੇਕਿਨ ਘਰ ਗੁਆ ਯਾਦਾਂ ਬਚਪਨ ਸਾਰਾ ਉੱਥੇ ਜਿਹੜਾ ਨਾ ਉਹ ਇਹਨਾਂ ਦਾ ਹਜੇ ਵੀ ਦੱਸਦੇ ਨੇ ਕਿ ਜਿਸ ਵਕਤ ਖਿਆਲ ਆਉਂਦਾ ਤਾਂ ਮੈਂ ਹਜੇ ਵੀ ਆਪਣੇ ਆਪ ਨੂੰ ਪਾਕਿਸਤਾਨ ਨਹੀਂ ਬਲਕਿ ਹਿੰਦੁਸਤਾਨ ਦੀ ਸਰਜ਼ਮੀਨ 'ਤੇ ਆਪਣੇ ਪਿੰਡ 'ਤੇ ਜਿਹੜਾ ਨਾ ਉਹਦੇ ਵਿੱਚ ਮਹਿਸੂਸ ਕਰਨਾ ਵਾ। ਇਸ ਵਾਸਤੇ ਤੁਸੀਂ ਵੀਡੀਓ ਦੇਖ ਕੇ ਇਹਨਾਂ ਦਾ ਨੰਬਰ ਜਿਹੜਾ ਹੈ ਉਹ ਤੁਹਾਨੂੰ ਸਕਰੀਨ 'ਤੇ ਮਿਲ ਜਾਂਦਾ ਹੈ, ਬਲਕਿ ਨੋਟ ਵੀ ਕਰ ਲਓ ਅਤੇ ਇਹਨਾਂ ਦੇ ਨਾਲ ਰਾਬਤਾ ਕਰਕੇ ਇਹਨਾਂ ਦਾ ਪਿੰਡ ਦਿਖਾ ਦੇਣਾ। ਇਹ ਮੇਰਾ ਵੱਡਾ ਬੇਟਾ, ਹਾਂਜੀ, ਮੁਸ਼ਤਾਕ ਅਹਿਮਦ ਸਾਹਿਬ, ਜ਼ਕਾਰ ਮਾਨ ਮੇਰਾ ਪੋਤਾ। ਅੱਛਾ ਜੀ। ਅੱਗੇ ਹਮਾਦ ਉਹ ਮੇਰਾ ਪੜਪੋਤਾ ਹੈ, ਪੋਤਾ ਹੈ। ਇਹ ਜਿਹੜਾ ਬੇਟਾ ਇਹ ਵੀ ਮੇਰਾ ਪੋਤਾ ਹੈ, ਵੱਡਾ ਮੁਸ਼ਤਾਕ ਦਾ ਵੱਡਾ ਬੇਟਾ ਅਤਾਉਰ ਮਾਨ। ਅੱਛਾ ਅੱਛਾ, ਮਾਸ਼ਾ ਅੱਲਾਹ। ਇਹ ਮੁਸ਼ਤਾਕ ਦਾ ਵੱਡਾ ਬੇਟਾ। ਇਹਦੀ ਸ਼ਾਦੀ ਹਮਾਦ ਦੀ ਤੁਸੀਂ ਆਪਣੇ ਹੱਥੀ ਕਰਨੀ ਹੈ ਲਾਜ਼ਮੀ ਦੇ ਦਿਆ ਜੇ ਕਿ ਤੁਸੀਂ ਕਿਸ ਕਿਸ ਇਲਾਕੇ ਤੋਂ ਰਹਿਣ ਵਾਲੇ ਜੇ, ਤੇ ਅਗਰ ਕਿਸੇ ਦੋਸਤ ਨੇ ਆਪਣੇ ਕਿਸੇ ਬਜ਼ੁਰਗ ਦੀ ਡਾਕੂਮੈਂਟਰੀ ਤਿਆਰ ਕਰਾਉਣੀ ਹੈ ਤੇ ਉਹ ਵੀ ਮੇਰੇ ਵਟਸਐਪ ਨੰਬਰ ਤੇ ਰਾਬਤਾ ਕਰ ਲਵੇ।